ਜਬ ਲਗ ਤੇਲ ਦੀਵੇ ਮੁਖ ਬਾਤੀ ਤਬ ਸੂਝੈ ਸਭ ਕੋਈ ਤੇਲ ਜਲੇ ਬਾਤੀ ਠਹਿਰਾਨੀ ਸੋਨਾ ਮੰਦਰ ਹੋਈ ਰੇ ਪੌਰੇ ਤੋਹੇ ਕਰੀ ਨਾ ਰੱਖੈ ਕੋਈ ਜਪ ਸੋਈ ਰੇ ਬੋਰੇ ਤੋਹੇ ਕਰੀ ਨਾ ਰੱਖੈ ਕੋਈ ਜਪ ਸੋਈ ਦੀਨ ਦੁਨੀ ਦੇ ਪਾਤਸ਼ਾਹ ਸਮੁੱਚੀ ਕਾਇਨਾਤ ਦੇ ਰਹਿਬਰ ਸਮੁੱਚੀ ਮਾਨਵਤਾ ਦੇ ਪੂਜਣਹਾਰ ਪਰਮ ਪਿਤਾ ਪਰਮੇਸ਼ਵਰ ਤੁਹਾਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਨਿੱਗੀ ਗੋਦ ਵਿੱਚ ਬੈਠ ਕੇ ਅੰਮ੍ਰਿਤ ਵੇਲੇ ਦੀ ਹਾਜ਼ਰੀ ਲਗਵਾ ਰਹੇ ਸਤਸੰਗੀ ਜਨੋ, ਆਪ ਜੀ ਸਾਰੇ ਹੀ ਮਨ ਕਰਕੇ ਤਨ ਕਰਕੇ ਗੁਰੂ ਦੇ ਪਾਵਨ ਗੋਦ ਵਿੱਚ ਜੁੜ ਬੈਠੇ ਹੋ। ਸਮਾਂ ਮਹਾਰਾਜ ਨੇ ਕੀਮਤੀ ਤੁਹਾਡੀ ਝੋਲੀ ਦੇ ਵਿੱਚ ਪਾਇਆ ਹੈ, ਭਾਗ ਵੀ ਵੱਡੇ ਨੇ, ਇਸ ਸਰੀਰ ਦਾ ਅਹੁਦਾ ਵੀ ਮਹਾਰਾਜ ਨੇ ਵੱਡਾ ਕਰ ਦਿੱਤਾ। ਅਵਸਥਾ ਨਹੀਂ ਸੀ ਭਾਂਡੇ ਦੀ, ਪਰ ਜਦੋਂ ਇਸ ਬਾਪੂ ਦੀ ਗੋਦ ਵਿੱਚ ਬੁੱਕਲ ਵਿੱਚ ਆ ਕੇ ਅਸੀਂ ਬੈਠ ਗਏ ਹਾਂ, ਸਾਡੀ ਕੀਮਤ ਪੈ ਗਈ।
ਧਨਤਾ ਦੇ ਯੋਗ ਨੇ ਸਾਰੇ ਹੀ। ਬੜਾ ਸੋਹਣਾ ਸੁਭਾਗਾ ਸਮਾਂ ਮਹਾਰਾਜ ਨੇ ਬਖਸ਼ਿਆ, ਅਸੀਂ ਸਾਰੇ ਹੀ ਬਾਪੂ ਕਲਗੀਧਰ ਪਿਤਾ ਖਾਲਸੇ ਦੇ ਸਿਰਜਣਹਾਰ, ਅੰਮ੍ਰਿਤ ਦੇ ਬਾਲੀ, ਸਰਬੰਸ ਦਾਨੀ ਬਾਲਾ ਪ੍ਰੀਤਮ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਜਨਮ ਅਸਥਾਨ ਤਖ਼ਤ ਸ੍ਰੀ ਹਰਿਮੰਦਰ ਜੀ ਗੁਰਦੁਆਰਾ ਬਾਲ ਲੀਲਾ ਮੈੜੀ ਸੰਗਤ ਵਿਖੇ ਦਰਸ਼ਨ ਦੀਦਾਰੇ ਕਰ ਰਹੇ ਹੋ। ਆਓ ਮਨ ਦੀ ਬਿਰਤੀ ਨੂੰ ਇਕਾਗਰ ਕਰਨਾ, ਇੱਕੋ ਅਰਦਾਸ ਕਰਨੀ ਗੁਰੂ ਦੇ ਸਨਮੁਖ ਬੈਠ ਕੇ, ਜੇ ਥੋੜਾ ਨਹੀਂ ਜੇ ਬਹੁਤਾ ਨਹੀਂ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਇੰਨੀ ਸੁਮਤ ਬਖਸ਼ੀ, ਦੋ ਘੜੀ ਤੇਰੀ ਗੋਦ ਵਿੱਚ ਬੈਠੀਏ, ਨਿਮਰਤਾ ਸਰਦਾ ਭਾਵਨਾ ਦੇ ਨਾਲ ਬੈਠਣਾ ਕਰੀਏ। ਅੰਦਰ ਦੀ ਜਿੰਨੀਆਂ ਵੀ ਗੱਲਾਂ ਨੇ ਗੁਰਮੁਖੋ, ਇਹ ਬੰਦੇ ਨੂੰ ਹਰ ਦਿਨ ਹਰ ਘੜੀ ਰੋਜ਼ ਤੜਫਾਉਂਦੀਆਂ ਨੇ। ਅੰਦਰੋਂ ਮਨ ਜਿਹੜਾ ਹੈ ਰੋਜ਼ ਆਵਾਜ਼ਾਂ ਮਾਰਦਾ ਹੈ ਵੀ ਮਨਾ ਆ ਨਹੀਂ ਕੀਤਾ, ਵੀ ਮਨਾ ਇਹ ਨਹੀਂ ਕੀਤਾ। ਪਰ ਤੁਸੀਂ ਖਿਆਲ ਕਰਿਓ, ਇਹ ਜਿਹੜਾ ਮਨ ਹੈ ਨਾ ਚੰਦਰਾ, ਇਹ ਦੁਨੀਆਂ ਦੇ ਪਦਾਰਥ ਚਾਹੁੰਦਾ ਹੈ ਇਕੱਲਾ, ਕੇਵਲ ਤੇ ਕੇਵਲ ਗੁਰਬਾਣੀ ਨਹੀਂ ਚਾਹੁੰਦਾ। ਦੁਨੀਆਂ ਦੀਆਂ ਪੁਸਤਕਾਂ ਕਿਤਾਬਾਂ ਹਰੇਕ ਨੂੰ ਪੜ੍ਹਨ ਵਾਸਤੇ ਤਿਆਰ ਬੈਠਾ ਹੈ, ਪਰ ਜਦੋਂ ਗੱਲ ਆਉਂਦੀ ਹੈ ਨਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੀ, ਤੇ ਪਾਤਸ਼ਾਹ ਜੀ ਕਹਿੰਦੇ ਸੁੱਤਾ ਪਿਆ ਹੈ, ਸੌ ਜਾਂਦਾ ਹੈ ਜੀ। ਕਰਿਓ ਕਿਰਪਾ, ਅਸੀਂ ਜੁੜਦੇ ਕਿਉਂ ਨਹੀਂ ਹੈ। ਹਜ਼ੂਰ ਕਹਿੰਦੇ ਮਨ ਤੇਰੇ ਸਰੀਰ ਦੀ ਸਾਰੀ ਪਦਾਰਥਾਂ ਦੀ ਪ੍ਰਾਪਤੀ ਕਰਵਾ ਰਿਹਾ, ਪਰ ਜਦੋਂ ਤੇਰਾ ਤਨ ਬਾਣੀ ਪੜ੍ਹਨ ਵਾਸਤੇ ਕਹਿੰਦਾ ਹੈ ਨਾ, ਕਹਿੰਦੇ ਮਨ ਦਾ ਅੰਦਰੋਂ ਜਵਾਬ ਹੀ ਨਹੀਂ ਆਉਂਦਾ ਗੁਰਮੁਖੋ, ਸੱਚ ਕਰਕੇ ਜਾੜਿਓ ਜਵਾਬ ਨਹੀਂ ਆਉਂਦਾ। ਗੁਰਮੁਖ ਪਿਆਰੇ ਸ਼ਬਦ ਪੜ੍ਹ ਰਹੇ ਸੀ, ਆਪ ਜੀ ਸਾਰੀਆਂ ਸੰਗਤਾਂ ਨੇ ਬੜੇ ਪ੍ਰੇਮ ਸਤਿਕਾਰ ਦੇ ਨਾਲ ਸ਼ਬਦ ਸਰਵਣ ਕੀਤਾ। ਪੂਜੋ ਰਾਮ ਏਕ ਹੀ ਦੇਵਾ, ਸਾਚਾ ਧਾਵਣ ਗੁਰ ਕੀ ਸੇਵਾ। ਹੁਣ ਇੱਥੇ ਮਹਾਰਾਜ ਨੇ ਦੋ ਗੱਲਾਂ ਤੁਹਾਨੂੰ ਸਮਝਾਉਣ ਦਾ ਯਤਨ ਕੀਤਾ, ਆਓ ਥੋੜ੍ਹੀ ਜਿਹੀ ਇਕਾਗਰਤਾ ਬਣਾਈਏ, ਉਸ ਤੋਂ ਬਾਅਦ ਅਸੀਂ ਸਾਰੇ ਰਲ ਮਿਲ ਕੇ ਮਹਾਰਾਜ ਨੂੰ ਨਮਸਕਾਰ ਕਰਦੇ ਹਾਂ। ਅੱਜ ਜੇ ਹੁਣ ਗੁਰੂ ਸਾਹਿਬ ਇੱਥੇ ਕਹਿੰਦੇ ਹੈ ਸਾਚਾ ਨਾਵਣ ਗੁਰ ਕੀ ਸੇਵਾ, ਵੀ ਮਾਲਕ ਤੇਰੀ ਸੇਵਾ ਕਿਵੇਂ ਕਰੀਏ, ਪੂਜਣਾ ਹੈ ਪਰਮਾਤਮਾ ਨੂੰ। ਪਰ ਹੁਣ ਗੁਰੂ ਸਾਹਿਬ ਨੇ ਸਵਾਲ ਕੀਤਾ ਹੈ, ਮਹਾਰਾਜ ਕਹਿੰਦੇ ਤੂੰ ਸੇਵਾ ਕਿਵੇਂ ਕਰੇਗਾ, ਪਰਮਾਤਮਾ ਦੀ ਪੂਜਾ ਕਿਵੇਂ ਕਰੇਗਾ। ਫਿਰ ਗੁਰੂ ਸਾਹਿਬ ਸਮਝਾ ਰਹੇ ਹੈ
ਹਜ਼ੂਰ ਕਹਿੰਦੇ ਪੂਜਾ ਕੀਚੈ, ਕਰਨੀ ਹੈ ਪੂਜਾ ਗੁਰਮੁਖੋ, ਪਰਮਾਤਮਾ ਦੀ ਪੂਜਾ ਤੋਂ ਬਗੈਰ ਪਾਤਸ਼ਾਹ ਜੀ ਕਹਿੰਦੇ ਤੇਰੇ ਚੌਕੜੇ ਵਿੱਚ ਬਰਕਤ ਵੀ ਨਹੀਂ ਪੈਣੀ। ਮਨ ਦੀਆਂ ਇੱਛਾਵਾਂ ਬੜੀਆਂ ਨੇ, ਬੰਦਾ ਸਾਰੀ ਜ਼ਿੰਦਗੀ ਪੂਰੀਆਂ ਕਰਦਾ ਕਰਦਾ ਮਰ ਜਾਂਦਾ ਹੈ। ਗੁਰੂ ਸਾਹਿਬ ਕਹਿੰਦੇ ਚਾਹੀਦੀ ਹੈ ਪਰਮਾਤਮਾ ਦੀ ਪੂਜਾ ਕਰਨੀ ਹੈ, ਪੂਜਾ ਕੀਚੈ, ਪਰ ਹਜ਼ੂਰ ਕਹਿੰਦੇ ਹੈ ਕਹਿੰਦੇ ਨਾਮ ਤੇ ਆਈਐ, ਕਹਿੰਦੇ ਨਾਮ ਨੂੰ ਜਪਣਾ, ਪਰਮੇਸ਼ਵਰ ਦੀ ਬੰਦਗੀ ਕਰਨੀ ਇਸ ਜਹਾਨ ਦੀ ਸਭ ਤੋਂ ਵੱਡੀ ਪੂਜਾ ਹੈ। ਗੁਰਮੁਖੋ ਕਰਿਓ ਕਿਰਪਾ ਸਾਰੇ। ਹੁਣ ਗੁਰੂ ਸਾਹਿਬ ਕਹਿੰਦੇ ਹੈ ਜਦੋਂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਜਗਨਨਾਥਪੁਰੀ ਗਏ ਹੈ, ਛੋਟੀ ਜਿਹੀ ਉਦਾਹਰਣ ਦਵਾਂ, ਭਗਵਾਨ ਜਗਨਨਾਥ ਦਾ ਮੰਦਿਰ ਹੈ, ਪੰਡਿਤ ਕਹਿੰਦੇ ਹੈ ਬ੍ਰਾਹਮਣ ਕਹਿੰਦੇ ਹੈ ਕਹਿੰਦੇ ਜਦੋਂ ਪੂਜਾ ਹੋ ਰਹੀ ਸੀ ਤੁਸੀਂ ਬਾਹਰ ਆ ਗਏ। ਹੁਣ ਗੁਰੂ ਨਾਨਕ ਸਾਹਿਬ ਮਰਦਾਨੇ ਨੂੰ ਪੁੱਛਦੇ ਕਹਿੰਦੇ ਮਰਦਾਨੇ ਤੈਨੂੰ ਕੋਈ ਗੱਲ ਲੱਗੀ ਵੀ ਪਰਮੇਸ਼ਵਰ ਦੀ ਪੂਜਾ ਹੋ ਰਹੀ ਹੈ? ਮਰਦਾਨਾ ਕਹਿੰਦਾ ਵੀ ਮਹਾਰਾਜ ਮੈਨੂੰ ਤਾਂ ਕੋਈ ਗੱਲ ਲੱਗੀ ਨਹੀਂ। ਕਹਿੰਦੇ ਥਾਲੀ ਦੇ ਵਿੱਚ ਧੂਪ ਦੀਪ ਨਾਰੀਅਲ ਹੈ, ਅਨੇਕਾਂ ਹੀ ਪਦਾਰਥ ਨੇ, ਕਹਿੰਦੇ ਭਗਵਾਨ ਦੀ ਮੂਰਤੀ ਦੇ ਸਾਹਮਣੇ ਆਲੇ ਦੁਆਲੇ ਗੇੜਾ ਦੇ ਰਹੇ ਹੈ। ਤਵੱਜੋ ਦੇ ਗੁਰਮੁਖੋ, ਗੁਰੂ ਨਾਨਕ ਸਾਹਿਬ ਕਹਿੰਦੇ ਹੈ ਕਹਿੰਦੇ ਬ੍ਰਾਹਮਣ ਦੀ ਕਹਿੰਦੇ ਪੂਜਾ ਪਰਮੇਸ਼ਵਰ ਦੀ ਕਰਨੀ ਚਾਹੀਦੀ ਹੈ, ਕੋਈ ਸ਼ੱਕ ਨਹੀਂ ਹੈ, ਜ਼ਰੂਰੀ ਵੀ ਇਹ ਸ਼ੁਕਰਾਨਾ ਕਰਨਾ ਚਾਹੀਦਾ ਹੈ ਮਾਲਕ ਦਾ। ਪਰ ਹਜ਼ੂਰ ਕਹਿੰਦੇ ਹੈ ਕਹਿੰਦੇ ਜਿਸ ਭਗਵਾਨ ਦੀ ਤੁਸੀਂ ਆਰਤੀ ਕਰਦੇ ਹੋ ਨਾ ਗੁਰੂ ਸਾਹਿਬ, ਕਹਿੰਦੇ ਇੱਦਾਂ ਪੂਜਾ ਨਹੀਂ ਹੁੰਦੀ। ਮਹਾਰਾਜ ਨੇ ਇੱਕੋ ਗੱਲ ਸਮਝਾਈ, ਹਜ਼ੂਰ ਕਹਿੰਦੇ ਜਿੰਨੇ ਵੀ ਪਦਾਰਥ ਤੁਸੀਂ ਇਹਦੇ ਵਿੱਚ ਪਾਏ ਹੋਏ ਹੈ, ਕਹਿੰਦੀ ਜੇ ਤੁਹਾਡੀ ਥਾਲੀ ਦੀ ਗੱਲ ਕਰੀਏ ਨਾ, ਤੇ ਮਹਾਰਾਜ ਕਹਿੰਦੇ ਗਗਨ ਮੈਂ ਥਾਲ ਰੱਬ ਚੰਦ ਦੀਪਕ ਬਣੇ ਧਾਰਕਾ ਮੰਡਲ ਜਨਕ ਮੋਤੀ, ਕਹਿੰਦੇ ਪਰਮਾਤਮਾ ਦੀ ਆਰਤੀ ਕਰਨ ਵਾਸਤੇ ਗੇੜੇ ਦੇਣ ਦੀ ਲੋੜ ਨਹੀਂ। ਹੁਣ ਮਹਾਰਾਜ ਨੇ ਇੱਥੇ ਤੁਹਾਨੂੰ ਸਮਝਾਇਆ ਕਹਿੰਦੇ ਪਰਮਾਤਮਾ ਦੀ ਪੂਜਾ ਕਰਨੀ ਹੈ, ਪਰ ਗੁਰੂ ਸਾਹਿਬ ਕਹਿੰਦੇ ਹੈ ਪੂਜਾ ਕੀਚੈ, ਨਾਮ ਤੇ ਆਈ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਹੈ ਕਹਿੰਦੇ ਬ੍ਰਾਹਮਣ ਜੀ ਕਹਿੰਦੇ ਜੇ ਆਪਣੇ ਭਗਵਾਨ ਨੂੰ ਖਸ ਕਰਨਾ ਚਾਹੁੰਦੇ ਹੋ ਨਾ, ਆਪਣੇ ਅੰਦਰੋਂ ਹਿਰਦੇ ਦੇ ਵਿੱਚੋਂ ਪ੍ਰਗਟ ਕਰਿਓ, ਬਿਨ ਨਾਵੈ ਪੂਜ ਨਾ ਹੋਏ। ਕਹਿੰਦੇ ਦੁਨੀਆ ਦੇ ਸਾਰੇ ਹੀ ਪਦਾਰਥ ਰੱਖ ਕੇ ਭਗਵਾਨ ਦੇ ਸਾਹਮਣੇ ਰੱਖ ਦਈਏ, ਪਰ ਮਹਾਰਾਜ ਕਹਿੰਦੇ ਜੇ ਨਾਮ ਦੀ ਦਾਤ ਨਹੀਂ ਨਾ ਪਾਈ ਉਸ ਥਾਲ ਦੇ ਵਿੱਚ, ਗੁਰੂ ਸਾਹਿਬ ਕਹਿੰਦੇ ਬਰਕਤ ਨਹੀਂ ਜੇ ਪੈਣੀ। ਆਪਾਂ ਸਾਰੇ ਹੀ ਕੇਵਲ ਦੇ ਕੇਵਲ ਨਾਮ ਬਾਣੀ ਮੰਗਣ ਵਾਸਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬੁੱਕਲ ਵਿੱਚ ਬੈਠੇ ਆ, ਜ਼ਰੂਰ ਯਤਨ ਕਰਨਾ। ਹਜ਼ੂਰ ਨੇ ਤੁਹਾਨੂੰ ਤਾਂ ਹੀ ਵਾਰ ਵਾਰ ਇਕੱਲੇ ਇਕੱਲੇ ਸ਼ਬਦ ਦੇ ਵਿੱਚ ਪਾਤਸ਼ਾਹ ਜੀ ਨੇ ਨਾਮ ਦੀ ਗੱਲ ਕੀਤੀ ਹੈ। ਆਓ ਗੁਰਮਤਿ
ਗੁਰੂ ਨਾਨਕ ਦਾ ਸਿਧਾਂਤ ਸਾਨੂੰ ਨਾਮ ਬਾਣੀ ਦੇ ਨਾਲ ਜੋੜਦਾ ਹੈ। ਤੁਸੀਂ ਪਿਆਰ ਦੇ ਵਿੱਚ ਭਿੱਜ ਕੇ ਬੈਠੇ ਹੋ। ਪ੍ਰਣ ਕਰੀਏ, ਅਰਦਾਸ ਕਰੀਏ, ਜਿੰਨਾ ਸਮਾਂ ਵੀ ਗੁਰੂ ਦੀ ਗੋਦ ਵਿੱਚ ਬੈਠਣਾ, ਅਦਬ ਦੇ ਨਾਲ ਬੈਠੀਏ, ਇਕਾਗਰਤਾ ਬਣੇ। ਕਿਰਪਾ ਕਰਿਓ ਸਾਰੇ ਇਸ ਪਾਵਨ ਸ਼ਬਦ ਦੀ ਵਿਚਾਰ ਨੂੰ ਸਮਝਣ ਦਾ ਯਤਨ ਕਰਨਾ। ਆਓ ਮਾਰਿਓ ਚੋਕੜਾ, ਮਨ ਦੀ ਬਿਰਤੀ ਨੂੰ ਕਰੋ ਇਕਾਗਰ। ਸਾਰੇ ਹੀ ਇੱਕੋ ਵਾਰੀ ਕਹਿਰ ਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਬਦ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਹੈ। ਗਉੜੀ ਰਾਗ ਦਾ ਇਹ ਸ਼ਬਦ ਹੈ। ਗਉੜੀ ਮਹੱਲਾ ਪਹਿਲਾ, ਸਿੱਖ ਪੰਥ ਦੇ ਬਾਨੀ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਇਸ ਬਾਣੀ ਦੇ ਅੰਦਰ ਸਾਨੂੰ ਜੀਵਾਂ ਨੂੰ, ਮਨੁੱਖੀ ਜੀਵਾਂ ਨੂੰ ਇਸ ਕਲਯੁਗ ਜਹਾਨ ਦੇ ਵਿੱਚ ਪਰਮਾਤਮਾ ਦੇ ਨਾਲ ਜੋੜਦੇ ਹੈ। ਸ਼ਬਦ ਗਲੂਏ ਮੁਬਾਰਕ ਤੋਂ ਮਹਾਰਾਜ ਜੀ ਨੇ ਉਚਾਰਨ ਕੀਤਾ, ਗੁਰ ਪ੍ਰਸਾਦੀ ਬੋਝ ਲੇ ਤਉ ਹੋਏ ਨਿਬੇਰਾ। ਹਜ਼ੂਰ ਕਹਿੰਦੇ ਹੈ, ਕਹਿੰਦੇ ਅਨੇਕਾਂ ਹੀ ਕਰਮ ਪਖੰਡ ਕਰਦਾ ਫਿਰਦਾ ਹੈ, ਜਿਹਦੀ ਗਿਣਤੀ ਕੋਈ ਨਹੀਂ ਗੁਰਮੁਖੋ। ਪਰ ਗੁਰੂ ਸਾਹਿਬ ਕਹਿੰਦੇ ਹੈ, ਕਹਿੰਦੇ ਪਰਮਾਤਮਾ ਨੂੰ ਕਦੇ ਨਹੀਂ ਪੁੱਛਦਾ, ਕਦੇ ਬਾਣੀ ਵੀ ਨਹੀਂ ਪੜਦਾ। ਇੱਕ ਵੀ ਅੱਖਰ ਇਸ ਬੰਦੇ ਨੇ ਆਪਣੀ ਜ਼ਿੰਦਗੀ ਦੇ ਵਿੱਚ ਪੜਨ ਦਾ ਯਤਨ ਨਹੀਂ ਕੀਤਾ ਗੁਰਮੁਖੋ। ਹੁਣ ਮਹਾਰਾਜ ਕਹਿੰਦੇ ਹੈ, ਕਹਿੰਦੇ ਪਰਮਾਤਮਾ ਨੂੰ ਚਾਹੀਦਾ ਸੀ ਵੀ ਤੁਸੀਂ ਦੱਸੋ ਮੈਂ ਜੀਵਨ ਜਿਉਣ ਦੀ ਜਾਚ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ। ਪਰ ਹਜ਼ੂਰ ਕਹਿੰਦੇ ਹੈ, ਕਹਿੰਦੇ ਇਹ ਕੰਮਾਂ ਕਾਰਜਾਂ ਦੇ ਵਿੱਚ ਫਸਿਆ ਹੋਇਆ, ਪਖੰਡਾਂ ਦੇ ਵਿੱਚ ਫਸਿਆ ਹੋਇਆ ਮਹਾਰਾਜ, ਕਹਿੰਦੇ ਇਹਨੇ ਪਰਮਾਤਮਾ ਨੂੰ ਪੁੱਛਣ ਦਾ ਕਦੇ ਵੀ ਯਤਨ ਨਹੀਂ ਕੀਤਾ। ਹੁਣ ਗੁਰੂ ਸਾਹਿਬ ਨੂੰ ਪੁੱਛੀਏ ਵੀ ਮਹਾਰਾਜ ਤੁਸੀਂ ਦੱਸੋ ਵੀ ਇਸ ਭਾਂਡੇ ਦਾ ਨਿਬੇੜਾ ਕਿਵੇਂ ਹੋਵੇਗਾ। ਜੋਤ ਤੁਹਾਡੀ ਹੈ, ਵਿੱਚ ਬੈਠੀ ਹੈ, ਜਗਮਗ ਜਗਮਗ ਕਰ ਰਹੀ ਹੈ ਪਾਤਸ਼ਾਹ। ਮੈਂ ਦੁਨੀਆਂ ਦੇ ਸਾਰੇ ਹੀ ਕੰਮ ਕਰ ਰਿਹਾ, ਕਾਰਜ ਵੀ ਕਰ ਰਿਹਾ, ਕਿਰਤ ਵੀ ਕਰ ਰਿਹਾ, ਪਰ ਇਸ ਸਰੀਰ ਦੀ ਖਲਾਸੀ ਕਿਵੇਂ ਹੋਵੇਗੀ। ਗੁਰੂ ਸਾਹਿਬ ਕਹਿੰਦੇ ਆ ਇਹਨੂੰ ਸਮਝਾਉਣ ਦਾ ਯਤਨ ਕਰੋ। ਗੁਰੂ ਸਾਹਿਬ ਦੱਸਦੇ ਆ, ਮਹਾਰਾਜ ਕਹਿੰਦੇ ਬਿਨ ਤੇਲ ਦੀਵਾ ਕਿਉਂ ਜਲੈ। ਤੁਸੀਂ ਖਿਆਲ ਕਰੋ, ਮਹਾਰਾਜ ਕਹਿੰਦੇ ਨਾਮ ਤੋਂ ਬਗੈਰ ਅੰਦਰ ਜਿਹੜੀ ਰੂਹ ਬੈਠੀ ਹੈ, ਜੋਤ ਬੈਠੀ ਹੈ ਪਰਮਾਤਮਾ ਦੀ, ਉਹ ਕਦੇ ਪ੍ਰਗਟ ਹੋ ਸਕਦੀ ਹੈ। ਗੁਰੂ ਸਾਹਿਬ ਕਹਿੰਦੇ ਨਹੀਂ। ਮਹਾਰਾਜ ਕਹਿੰਦੇ ਜਿੰਨਾ ਚਿਰ ਇੱਥੇ ਬੈਠ ਕੇ ਗੁਰੂ ਦੀ ਗੋਦ ਵਿੱਚ ਬੈਠ ਕੇ ਮਾਫ਼ੀ ਨਹੀਂ ਨਾ ਮੰਗਦਾ ਪਾਤਸ਼ਾਹ ਜੀ ਤੋਂ ਵੀ ਨਾਮ ਦਿਓ, ਬਾਣੀ ਦਿਓ, ਅੰਦਰੋਂ ਪ੍ਰਗਟ ਹੋਣਾ ਚਾਹੀਦਾ ਹੈ, ਤੇ ਹਜ਼ੂਰ ਕਹਿੰਦੇ ਉਹਨਾਂ ਚਿਰ ਖਲਾਸੀ ਨਹੀਂ ਹੋਣੀ ਤੇਰੀ।
ਸਾਹਿਬ ਦਿੰਦੇ ਐ ਕਹਿੰਦੇ ਪੋਥੀ ਪੁਰਾਣ ਕਮਾਈ ਐ ਤੋ ਵੱਟੀ ਇਤ ਤਨ ਪਾਈਐ। ਮਹਾਰਾਜ ਕਹਿੰਦੇ ਉਹ ਜਿਹੜੀ ਨਾਮ ਵਾਲੀ ਬੱਤੀ ਹੈ ਨਾ ਤੇਰੀ, ਜੋ ਬਾਣੀ ਹੈ ਪਾਤਸ਼ਾਹ ਜੀ ਦੀ, ਗੁਰੂ ਸਾਹਿਬ ਕਹਿੰਦੇ ਉਹਨੂੰ ਆਪਣੇ ਮਨ ਦੇ ਵਿੱਚ ਟਿਕਾਉਣ ਦਾ ਯਤਨ ਕਰ। ਸੱਚ ਬੋਝਣ ਆਣ ਜਲਾਈਏ। ਹਜ਼ੂਰ ਕਹਿੰਦੇ ਐ ਕਹਿੰਦੇ ਮਹਾਰਾਜ ਨੂੰ ਪੁੱਛ ਵੀ ਸੱਚ ਦਾ ਰਾਹ ਕਿੱਦਾਂ ਦਾ ਹੈ, ਕਿੱਧਰ ਨੂੰ ਜਾ ਰਿਹਾ, ਮੈਂ ਕਿਹੜੇ ਪਾਸੇ ਤੁਰਾਂ। ਤੇ ਗੁਰੂ ਸਾਹਿਬ ਕਹਿੰਦੇ ਐ ਕਹਿੰਦੇ ਬਾਣੀ ਨੂੰ ਬੱਤੀ ਬਣਾ, ਆਪਣੇ ਹਿਰਦੇ ਵਿੱਚ ਟਿਕਾਉਣ ਦਾ ਯਤਨ ਕਰ, ਗੁਰੂ ਨਾਨਕ ਨੂੰ ਪੁੱਛ ਵੀ ਤੇਰਾ ਰਾਹ ਕਿਹੜਾ ਹੈ। ਤੇ ਫਿਰ ਮਹਾਰਾਜ ਜੀ ਕਿਰਪਾ ਕਰਦੇ ਆ, ਗੁਰੂ ਸਾਹਿਬ ਕਹਿੰਦੇ ਐ ਕਹਿੰਦੇ ਇਹੋ ਤੇਲ ਦੀਵਾ ਇਉਂ ਜਲੈ। ਮਹਾਰਾਜ ਕਹਿੰਦੇ ਐ ਕਹਿੰਦੇ ਪੁੱਛੇਗਾ ਰਹੀ ਨਾ ਪਰਮਾਤਮਾ ਨੂੰ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੇਰੇ ਹਰ ਇੱਕ ਸਵਾਲ ਦਾ ਜਵਾਬ ਲੈ ਕੇ ਬੈਠੇ ਐ, ਇਹ ਤੈਨੂੰ ਭੁਲੇਖਾ ਹੈ ਵੀ ਮਹਾਰਾਜ ਤੇਰੀ ਸੁਣਦਾ ਨਹੀਂ। ਹੁਣ ਗੁਰੂ ਸਾਹਿਬ ਨੇ ਸਮਝਾਇਆ ਨਾ, ਮਹਾਰਾਜ ਕਹਿੰਦੇ ਇਹੋ ਤੇਲ ਦੀਵਾ ਇਉਂ ਜਲੈ। ਮਹਾਰਾਜ ਕਹਿੰਦੇ ਆ ਜਿਹੜੇ ਜਿਹੜੀਆਂ ਵਿਧੀਆਂ ਨੇ ਪਾਤਸ਼ਾਹ ਜੀ ਸਮਝਾ ਰਹੇ, ਗੁਰੂ ਸਾਹਿਬ ਕਹਿੰਦੇ ਇਹਦੇ ਵਿੱਚੋਂ ਜੋਤ ਪ੍ਰਗਟਤਾ ਹੋਣੀ ਹੈ, ਜਿਹੜੀ ਬੱਤੀ ਹੈ ਨਾ ਬਾਣੀ ਦੀ, ਮਹਾਰਾਜ ਕਹਿੰਦੇ ਇਹਨੂੰ ਆਪਣੇ ਅੰਦਰ ਟਿਕਾਉਣ ਦਾ ਯਤਨ ਕਰ। ਹੁਣ ਪਾਤਸ਼ਾਹ ਜੀ ਨੇ ਤੇਲ ਪਾਉਣਾ ਹੈ, ਕਰ ਚਾਨਣ ਸਾਹਿਬ ਤਉ ਮਿਲੈ। ਮਹਾਰਾਜ ਕਹਿੰਦੇ ਦੇਖ ਜ਼ਿੰਦਗੀ ਰੋਸ਼ਨ ਕਰ ਦਿੱਤੀ ਪਾਤਸ਼ਾਹ ਜੀ ਨੇ, ਜਦੋਂ ਅੰਦਰ ਦੀਵਾ ਬਲਣ ਲੱਗ ਪਿਆ। ਪਿਆਰੇ ਕਮਾਲ ਦੀ ਗੱਲ ਕਰਦੇ ਆ ਨਾ ਪਾਤਸ਼ਾਹ। ਗੁਰੂ ਨਾਨਕ ਸਾਹਿਬ ਕਹਿੰਦੇ ਐ ਕਹਿੰਦੇ ਲੱਖਾਂ ਕਰੋੜਾਂ ਸਾਲਾਂ ਦਾ ਹਨੇਰਾ ਸੀ, ਮੇਰੇ ਬਾਬੇ ਨਾਨਕ ਨੇ ਇੱਕ ਖਿੰਨ ਦੇ ਵਿੱਚ ਦੂਰ ਕਰ ਦਿੱਤਾ। ਬੜਾ ਵੱਡਾ ਹਨੇਰਾ ਸੀ ਜੀ, ਪਾਤਸ਼ਾਹ ਜੀ ਕਹਿੰਦੇ ਐ। ਹੁਣ ਮਹਾਰਾਜ ਕਹਿੰਦੇ ਹੁਣ ਲਾਗ ਲੱਗੇ ਇੱਕ ਤਨ ਲੱਗੇ ਬਾਣੀਆਂ, ਸੁਖ ਹੋਵੇ ਸੇਬ ਕਮਾਣੀਆਂ, ਸਭ ਦੁਨੀਆਂ ਆਬਣ ਜਾਣੀਆਂ। ਮਹਾਰਾਜ ਕਹਿੰਦੇ ਇੱਕ ਕਰਮ ਵੀ ਕਰਨਾ ਪੈਣਾ, ਵਿੱਚ ਦੁਨੀਆਂ ਸੇਬ ਕਮਾਈਏ। ਹਜ਼ੂਰ ਕਹਿੰਦੇ ਇਸ ਜਹਾਨ ਦੇ ਅੰਦਰ ਚੰਗੇ ਕਰਮ ਕਰਿਆ ਕਰ, ਪਰਮਾਤਮਾ ਦੀ ਬੰਦਗੀ ਕਰਿਆ ਕਰ, ਤਾਂ ਦਰਗਹਿ ਬੈਸਣ ਪਾਈਏ। ਮਹਾਰਾਜ ਕਹਿੰਦੇ ਇੱਕ ਸ਼ਬਦ ਦੇ ਨਾਲ, ਇੱਕ ਵਿਚਾਰ ਦੇ ਨਾਲ ਗੁਰੂ ਸਾਹਿਬ ਨੇ ਤੇਰਾ ਲੋਕ ਤੇ ਪਰਲੋਕ ਦੋਵੇਂ ਸੁਹੇਲੇ ਕਰ ਦਿੱਤੇ ਪਾਤਸ਼ਾਹ ਜੀ ਕਹਿੰਦੇ। ਆ ਹੈ ਜੀ ਬਾਣੀ। ਤੇ ਪਰ ਮਹਾਰਾਜ ਕਹਿੰਦੇ ਸਾਰਾ ਕੁਝ ਕਰਨ ਵਾਸਤੇ ਨਾ ਤੈਨੂੰ ਪੁੱਛਣਾ ਪੈਣਾ, ਗੁਰ ਪ੍ਰਸਾਦੀ ਪੂਜ ਲੇ ਤਾਂ ਹੋਏ ਨਿਬੇਰਾ। ਜਿੰਨਾ ਚਿਰ ਪੁੱਛਦਾ ਨਹੀਂ ਨਾ ਤੇ ਪਾਤਸ਼ਾਹ ਜੀ ਕਹਿੰਦੇ ਤੇਰੇ ਵਰਗੇ ਲੱਖਾਂ ਹੀ ਆਉਂਦੇ, ਨਮਸਕਾਰ ਕਰਕੇ ਤੁਰੀ ਜਾਂਦੇ ਨੇ। ਪੁੱਛਣਾ ਪੈਣਾ ਹੈ ਨਾ ਮਹਾਰਾਜ ਨੂੰ ਗੁਰਮੁਖੋ, ਗੁਰਮਤ ਦਾ ਸਿਧਾਂਤ ਹੈ। ਹਜ਼ੂਰ ਕਹਿੰਦੇ ਐ ਕਹਿੰਦੇ ਭਾਈ ਜ਼ਿੰਦਗੀ ਇੱਕ ਸਾਜ ਹੈ, ਗੁਰਮਤ ਕਹਿੰਦੀ ਹੈ ਪਿਆਰੇ, ਉਹ ਬੜੇ ਕਮਾਲ ਦਾ ਸ਼ੇਰ ਹੈ। ਜ਼ਿੰਦਗੀ ਇੱਕ ਸਾਜ ਹੈ, ਇਸ ਨੂੰ ਵਜਾਉਣਾ ਸਿੱਖ ਲੈ। ਰਾਹੀਆ ਰਾਹੇ ਜਾਂਦਿਆਂ ਨੂੰ, ਡਿੱਗਦੇ ਨੂੰ ਉਠਾਉਣਾ ਸਿੱਖ ਲੈ। ਮੱਚਦੀ ਦੇ ਉੱਤੇ ਤੇਲ ਨਾ ਪਾ, ਬਲਦੀ ਨੂੰ ਬੁਝਾਉਣਾ ਸਿੱਖ ਲੈ। ਨਫ਼ਰਤ ਦਾ ਅਫਸਾਨਾ ਦਿਲੋਂ ਕੱਢ ਦੇ, ਨਫ਼ਰਤ ਦਾ
ਅਫਸਾਨਾ ਦਿਲੋਂ ਕੱਢ ਦੇ ਪਿਆਰ ਦਾ ਗਾਉਣਾ ਸਿੱਖ ਲੈ। ਮਹਾਰਾਜ ਕਹਿੰਦੇ ਪ੍ਰੇਮ ਨਾਲ ਰਿਹਾ ਕਰ, ਨਿਤਨੇਮੀ ਬਣ, ਪ੍ਰੇਮੀ ਬਣ। ਜਿਸ ਦਿਨ ਮਹਾਰਾਜ ਦੀ ਹਜ਼ੂਰੀ ਵਿੱਚ ਪ੍ਰਵਾਨ ਹੋ ਗਿਆ, ਪਾਤਸ਼ਾਹ ਜੀ ਤੈਨੂੰ ਸ਼ਿੰਗਾਰ ਕੇ ਸਵਾਰ ਕੇ ਤੇਰੀ ਖਲਾਸੀ ਕਰ ਦੇਣਗੇ। ਇੱਕੋ ਹੀ ਰਾਹ ਹੈ ਪਿਆਰੇ, ਜ਼ਰੂਰ ਕਰਨਾ। ਮਹਾਰਾਜ ਨੂੰ ਸਵਾਲ ਜਦੋਂ ਵੀ ਤੁਸੀਂ ਗੁਰੂ ਦੇ ਗੁਰੂ ਘਰ ਵਿੱਚ ਆਉਂਦੇ ਹੋ ਨਾ ਪਿਆਰੇ, ਗੁਰੂ ਸਾਹਿਬ ਨੂੰ ਕਹਿਣਾ ਵੀ ਪਾਤਸ਼ਾਹ ਜੀ ਅੱਜ ਮੇਰੇ ਸਵਾਲਾਂ ਦਾ ਪਿਟਾਰਾ ਹੈ, ਪਰ ਜਵਾਬ ਦੇ ਕੇ ਤੋਰਿਓ। ਦਿੰਦੇ ਇਹ ਪਾਤਸ਼ਾਹ ਜੀ ਜਵਾਬ। ਹੁਣ ਖਿਆਲ ਕਰਿਓ, ਇਹ ਰਾਹ ਹੈ ਬਾਣੀ ਦੇ ਨਾਲ ਜੁੜਨ ਦਾ। ਹਜ਼ੂਰ ਕਹਿੰਦੇ ਹੈ, ਕਹਿੰਦੇ ਉਦੋਂ ਪਰਮਾਤਮਾ ਦੀ ਜੋਤ ਅੰਦਰੋਂ ਪ੍ਰਗਟ ਹੋ ਜਾਂਦੀ ਹੈ। ਮਹਾਰਾਜ ਕਹਿੰਦੇ ਘਰ ਘਰ ਨਾਮ ਨਿਰੰਜਨਾ ਸੋ ਠਾਕੁਰ ਮੇਰਾ। ਹਜ਼ੂਰ ਕਹਿੰਦੇ ਫਿਰ ਪਰਮਾਤਮਾ ਜਿਹੜਾ ਹੈ ਨਾ ਹਰ ਥਾਂ ਨਜ਼ਰ ਆਉਂਦਾ ਹੈ, ਹਰ ਥਾਂ। ਜੰਗਲ ਵਿੱਚ ਜਾਈਏ ਤਾਂ ਵੀ ਮਾਲਕ ਬੈਠਾ ਹੈ, ਕਿਸਾਨੀ ਕਰਦੇ ਹਾਂ ਤਾਂ ਵੀ ਮਾਲਕ ਬੈਠਾ ਹੈ, ਦਫ਼ਤਰ ਵਿੱਚ ਬੈਠੇ ਹਾਂ ਤਾਂ ਵੀ ਮਾਲਕ ਨਜ਼ਰ ਆਉਂਦਾ ਹੈ। ਉਸ ਮਨੁੱਖੀ ਜੀਵ ਦਾ ਜਿਹੜਾ ਜੀਵਨ ਹੈ ਨਾ, ਜ਼ਿੰਦਗੀ ਦਾ ਸਫ਼ਰ ਹੈ, ਉਹ ਮੇਰੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਤਬਦੀਲ ਕਰਕੇ ਰੱਖ ਦਿੱਤਾ। ਹੁਣ ਫਿਰ ਪਤਾ ਮਹਾਰਾਜ ਜੀ ਅੱਗੇ ਗੱਲ ਕਰਦੇ ਹੈ, ਗੁਰੂ ਸਾਹਿਬ ਕਹਿੰਦੇ ਬਿਨ ਗੁਰ ਸ਼ਬਦ ਨਾ ਛੁੱਟੀਐ। ਦੇਖੋ ਵਿਚਾਰਾ, ਪਰ ਇੱਕ ਗੱਲ ਦਾ ਪ੍ਰਣ ਕਰ ਲੈਣਾ। ਹਜ਼ੂਰ ਕਹਿੰਦੇ ਹੈ ਬਿਨ ਗੁਰ ਸ਼ਬਦ ਨਾ ਛੁੱਟੀਐ। ਮਹਾਰਾਜ ਕਹਿੰਦੀ ਬਾਣੀ ਤੇ ਸ਼ਬਦਾਂ ਤੋਂ ਬਗੈਰ ਅੰਦਰੋਂ ਦੀਵੇ ਨੇ ਪ੍ਰਗਟ ਨਹੀਂ ਜੇ ਹੋਣਾ। ਇਹ ਵੀ ਪ੍ਰਣ ਕਰਿਓ ਗੁਰਮੁਖੋ। ਸ਼ਬਦ ਹੈ ਨਾ ਜਿਹੜਾ, ਮਹਾਰਾਜ ਕਹਿੰਦੇ ਭਾਵੇਂ ਅੰਦਰ ਦੀਵਾ ਬੈਠਾ ਹੈ, ਜੋਤ ਬੈਠੀ ਹੈ ਨਾ ਅੰਦਰ, ਪਰ ਖਿਆਲ ਕਰਿਓ ਜਿੰਨਾ ਚਿਰ ਸ਼ਬਦ ਦਾ ਤੇਲ ਨਹੀਂ ਨਾ ਪਾਵੇਗਾ, ਮਹਾਰਾਜ ਕਹਿੰਦੇ ਬੱਤੀ ਨੇ ਜਲਣਾ ਕੋਈ ਨਹੀਂ। ਡੰਡੋਤ ਪੜ੍ਹੀਏ ਨਾ ਅਸੀਂ ਪਿਆਰਿਓ, ਜਦੋਂ ਪ੍ਰਾਰੰਭਤਾ ਕੀਤੀ, ਜਬ ਲਗ ਤੇਲ ਦੀਵੇ ਮੁਕਵਾਤੀ ਤਬ ਸੂਜੈ ਸਭ ਕੋਈ। ਤੇਲ ਜਲੇ ਬਾਤੀ ਠਹਿਰਾਨੀ ਸੂਨਾ, ਮੰਦਰ ਹੋਈ ਇਹ ਭਾਂਡਾ ਖਾਲੀ ਹੋ ਗਿਆ ਜੀ, ਜੋਤ ਨਿਕਲ ਗਈ। ਟੁੱਬਾ ਮਾਰ ਮਾਰ ਆਉਂਦੇ ਹਾਂ ਅਸੀਂ, ਰੇ ਬੋਰੇ ਤੋਹੇ ਘਰੀ ਨਾ ਰੱਖੇ ਕੋਈ। ਮਹਾਰਾਜ ਭਗਤ ਰਵਿਦਾਸ ਜੀ ਕਹਿ ਗਏ ਹੈ, ਕਹਿੰਦੇ ਤੂੰ ਰਾਮ ਨਾਮ ਜਪ ਸੋਈ। ਕਹਿੰਦੇ ਬਾਂਹ ਫੜ ਸਕਦੇ ਹੈ ਪਾਤਸ਼ਾਹ ਜੀ ਜੇ ਕਿਤੇ ਤੈਨੂੰ ਸਮਝ ਆ ਜਾਵੇ। ਹਜ਼ੂਰ ਕਹਿੰਦੇ ਸ਼ਬਦ ਨੂੰ ਸਾਹਮਣੇ ਰੱਖ ਕੇ ਤੁਰਨਾ, ਤੁਸੀਂ ਪ੍ਰਣ ਕਰਿਆ ਕਰੋ। ਜਦੋਂ ਵੀ ਮਹਾਰਾਜ ਕੋਲ ਇੱਥੇ ਖੜਦੇ ਹੋ ਨਾ ਗੁਰਮੁਖੋ, ਕੋਈ ਸ਼ਬਦ ਜ਼ਰੂਰ ਮਹਾਰਾਜ ਦੀਆਂ ਸ਼ਬਦਾਂ ਦੀਆਂ ਪੰਕਤੀਆਂ ਨੂੰ ਯਾਦ ਕਰਕੇ ਮਹਾਰਾਜ ਜੀ ਦੇ ਸਨਮੁਖ ਪੜਿਆ ਕਰੋ। ਸ਼ਬਦ ਦਾ ਆਧਾਰ ਨਹੀਂ ਦੇਖਣਾ, ਮੁੱਢ ਨਹੀਂ ਦੇਖਣਾ ਵੀ ਇਹਦੇ ਵਿੱਚ ਦੁੱਖ ਆ ਰਹੇ ਹੈ ਸੁੱਖ ਆ ਰਹੇ ਹੈ, ਇਹ ਨਹੀਂ ਦੇਖਣਾ। ਤੂੰ ਕੇਵਲ ਦੇ ਕੇਵਲ ਬਾਣੀ ਨੂੰ ਪੜ੍ਹਨ ਦਾ ਯਤਨ ਕਰ। ਹਜ਼ੂਰ ਕਹਿੰਦੇ ਹੈ, ਪਾਤਸ਼ਾਹ ਕਹਿੰਦੇ ਜੇ ਲੱਖ ਕਰਮ ਕਮਾਵਹੀ ਬਿਨ ਗੁਰ ਅੰਧਿਆਰਾ। ਹੁਣ ਦੋ ਗੱਲਾਂ ਕੀਤੀਆਂ ਗੁਰੂ ਨਾਨਕ ਸਾਹਿਬ ਨੇ, ਕਹਿੰਦੇ ਕਰਮ ਤੇ ਧਰਮ ਬੜੇ ਵੱਡੇ ਨੇ ਪਿਆਰਿਓ। ਕਰਮ ਵੱਡੀ ਵੱਡੀ ਦਾਤ ਹੈ ਜੀ ਗੁਰਮੁਖੋ। ਹਜ਼ੂਰ ਕਹਿੰਦੇ ਹੈ, ਕਹਿੰਦੇ ਜੇ ਕੋਈ ਚੰਗਾ ਕਰਮ ਕੀਤਾ ਹੋਵੇਗਾ ਸੰਸਾਰ ਦੇ ਵਿੱਚ ਤੇ ਦਰਗਾਹ ਦੇ ਵਿੱਚ ਜਾ ਕੇ ਥਾਮਲ ਜਾਂਦੀ ਹੈ।
ਗੁਰੂ ਨਾਨਕ ਪਾਤਸ਼ਾਹ ਜੀ ਤੇਰੀ ਬਾਂਹ ਫੜ ਲੈਂਦੇ ਹੈ। ਤੇ ਗੁਰੂ ਸਾਹਿਬ ਕਹਿੰਦੇ ਜੇ ਧਰਮ ਕਮਾਇਆ ਹੋਵੇਗਾ ਨਾ ਚੰਗੀ ਅਵਸਥਾ ਵਾਲਾ, ਤੁਸੀਂ ਧਿਆਨ ਦਿਓ ਕੋਈ ਵੀ ਮਨੁੱਖੀ ਜੀਵ ਭਾਵੇਂ ਦਸਤਾਰ ਵਾਲੇ ਨੇ, ਭਾਵੇਂ ਹਿੰਦੂ ਵੀਰ ਨੇ, ਭਾਵੇਂ ਮੁਸਲਮਾਨ ਨੇ, ਭਾਵੇਂ ਕ੍ਰਿਸਚਨ ਨੇ, ਕੋਈ ਵੀ ਬੰਦਾ ਧਰਮੀ ਨਹੀਂ ਬਣ ਸਕਦਾ, ਇਸ ਧਰਮ ਨੂੰ ਕਮਾਉਣਾ ਪੈਂਦਾ ਹੈ ਪਿਆਰੇ। ਜੇ ਆਪਾਂ ਕਹਿ ਦਈਏ ਨਾ ਵੀ ਮੈਂ ਸਿੱਖ ਧਰਮ ਦੇ ਵਿੱਚ ਮੈਂ ਜੰਮਿਆ ਹਾਂ, ਪੈਦਾ ਕੀਤਾ ਮਾਲਕ ਨੇ, ਜੇ ਮੈਂ ਧਰਮੀ ਬਹੁਤ ਵੱਡਾ, ਗੁਰੂ ਸਾਹਿਬ ਕਹਿੰਦੇ ਨਹੀਂ, ਧਰਮ ਇੱਕ ਅਹੁਦਾ ਹੈ ਪਰਮੇਸ਼ਵਰ ਦਾ। ਹਜ਼ੂਰ ਕਹਿੰਦੇ ਇਹਨੂੰ ਕਮਾਉਣਾ ਪੈਂਦਾ ਹੈ ਭਾਈ। ਹੁਣ ਤੁਸੀਂ ਧਿਆਨ ਦਿਓ ਸਾਰਿਆਂ ਦੇ ਪਿੱਛੇ ਬਾਬਾ ਲੱਗਦਾ ਹੈ, ਜਿੰਨੇ ਕਿਰਪਾਨ ਵਾਲੇ ਹੈ, ਦਸਤਾਰ ਵਾਲੇ, ਖੰਡੇ ਦੀ ਪੌਲ ਵਾਲੇ ਹੈ, ਸਾਰੇ ਅਸੀਂ ਬਾਬਾ ਜੀ ਆਖਦੇ ਹਾਂ, ਭਾਵੇਂ ਕੋਈ ਵੱਡਾ ਹੈ ਭਾਵੇਂ ਕੋਈ ਛੋਟਾ ਹੈ। ਪਰ ਗੁਰਮਤ ਕਹਿੰਦੀ ਹੈ, ਮਹਾਰਾਜ ਕਹਿੰਦੇ ਬਾਬਾ ਬਣਨਾ ਬੜਾ ਸੌਖਾ ਹੈ, ਪਰ ਪਾਤਸ਼ਾਹ ਜੀ ਕਹਿੰਦੇ ਗੁਰਸਿੱਖ ਬਣਨਾ ਓਨਾ ਹੀ ਔਖਾ ਹੈ। ਹੁਣ ਮਹਾਰਾਜ ਸਿਖਾਉਂਦੇ ਹੈ, ਕਹਿੰਦੇ ਗੁਰਸਿੱਖ ਕੌਣ ਹੈ ਭਾਈ, ਕੌਣ ਗੁਰਸਿੱਖ ਹੈ? ਤੁਸੀਂ ਖਿਆਲ ਕਰਿਓ, ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਗੁਰੂ ਘਰ ਦੇ ਕੀਰਤਨੀ ਹੋਏ ਭਾਈ ਮਨਸਾ ਸਿੰਘ। ਮਹਾਰਾਜਾ ਰਣਜੀਤ ਸਿੰਘ ਜੀ ਦਾ ਵੇਲਾ ਹੈ, ਲਾਹੌਰ ਦੇ ਤਖ਼ਤ ਦੇ ਉੱਤੇ ਬਿਰਾਜਮਾਨ ਨੇ। ਤਵੱਜੋ ਦੇ ਕੇ ਸਾਖੀ ਨੂੰ ਸਰਵਣ ਕਰਿਓ, ਬੜੇ ਕਮਾਲ ਦੀ ਗੱਲਾਂ ਇਹ ਸਾਖੀ ਦੇ ਵਿੱਚੋਂ ਅਸਾਂ ਨੇ ਸਿੱਖਣੀਆਂ ਨੇ ਗੁਰਮੁਖੋਂ, ਜ਼ਰੂਰ ਪ੍ਰਣ ਕਰਿਓ। ਕਹਿੰਦੇ ਜੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਦੇ ਕੀਰਤਨੀ ਨੇ, ਪਰਮਾਤਮਾ ਦੀ ਬੰਦਗੀ ਕਰਦੇ ਹੈ, ਪਰ ਕੋਠਾ ਜਿਹੜਾ ਹੈ ਨਾ, ਮਕਾਨ ਜਿਹੜਾ ਹੈ ਉਹ ਕੱਚਾ ਹੈ, ਮਿੱਟੀ ਦੇ ਭਾਂਡੇ ਹੈ, ਅਤੇ ਸਬਰ ਬੜਾ ਵੱਡਾ ਹੈ ਜੀ ਗੁਰਮੁਖੋ, ਬੜਾ ਵੱਡਾ ਸਬਰ ਹੈ, ਧਿਆਨ ਦੇਣਾ ਗੁਰਸਿੱਖ ਪਿਆਰਿਓ। ਕਹਿੰਦੇ ਭਾਈ ਮਹਾਰਾਜਾ ਰਣਜੀਤ ਸਿੰਘ ਜੀ ਦੇ ਕੋਲ ਗੁਰਮੁਖ ਪਿਆਰੇ ਯੋਧੇ ਸਿੰਘ ਜਾਂਦੇ ਹੈ, ਜੱਸਾ ਸਿੰਘ ਆਲੂਵਾਲੀ ਜਾਂ ਹਰੀ ਸਿੰਘ ਭੰਗੀ, ਤੇ ਇਹ ਜਦੋਂ ਗਏ ਨਾ, ਹੁਣ ਇਹਨਾਂ ਦੀ ਮਿੱਤਰਤਾ ਬੜੀ ਵੱਡੀ ਹੈ, 40 ਸਾਲ ਰਾਜ ਕੀਤਾ ਮਹਾਰਾਜਾ ਰਣਜੀਤ ਸਿੰਘ ਜੀ ਨੇ। ਉਸ ਰਾਜ ਦੇ ਵਿੱਚ ਤੁਸੀਂ ਝਾਤੀ ਮਾਰਿਓ, ਕਦੇ ਕੋਈ ਵੀ ਮਨੁੱਖੀ ਜੀਵ ਛੱਤ ਤੋਂ ਬਗੈਰ ਨਹੀਂ, ਸਾਰਿਆਂ ਦੇ ਉੱਤੇ ਕਿਰਪਾ ਹੈ, ਕੋਈ ਵੀ ਭੁੱਖਾ ਨਹੀਂ ਮਰਦਾ, ਕੋਈ ਵੀ ਕੱਪੜੇ ਤੋਂ ਬਗੈਰ ਨਹੀਂ ਹੈ। ਬੜੇ ਕਮਾਲ ਦਾ ਰਾਜ ਹੈ ਜੀ ਤੁਹਾਡਾ, ਮਹਾਰਾਜਾ ਰਣਜੀਤ ਸਿੰਘ ਜੀ ਦਾ। ਹੁਣ ਇਹ ਇਹਨਾਂ ਨੇ ਨਾ ਮਹਾਰਾਜਾ ਰਣਜੀਤ ਸਿੰਘ ਜੀ ਬਾਂਹ ਫੜੀ ਗੁਰਮੁਖੋਂ, ਧਿਆਨ ਦਿਓ, ਇਹ ਕਹਿੰਦੇ ਉਹ ਕਾਣਿਆ, ਇੱਕ ਅੱਖ ਤੋਂ ਕਾਣੇ ਸੀ ਨਾ ਮਹਾਰਾਜਾ ਰਣਜੀਤ ਸਿੰਘ, ਇਹ ਮੈਂ ਨਹੀਂ ਕਹਿੰਦਾ ਇਤਿਹਾਸ ਵਿੱਚ, ਇਹਨਾਂ ਨੇ ਬਾਂਹ ਫੜੀ, ਕਹਿੰਦੇ ਉਹ ਕਾਣਿਆ। ਕਹਿੰਦੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੀ ਉਹਨਾਂ 4 ਦੀਵਾਰੀਆਂ ਨੂੰ ਸੋਨੇ ਦੇ ਵਿੱਚ ਮੜ ਦਿੱਤਾ, ਧਿਆਨ ਦਿਓ, ਕਿਉਂਕਿ ਉਹ ਕਹਿੰਦੇ ਹੁੰਦੇ ਸੀ ਸਾਰੇ। ਕਹਿੰਦੇ 4 ਦੀਵਾਰੀਆਂ ਨੂੰ ਸੋਨੇ ਦੇ ਵਿੱਚ ਮੜ ਦਿੱਤਾ, ਕਹਿੰਦੇ ਕਾਣਿਆ ਉਹ ਦੀਵਾਰੀਆਂ ਦੀਵਾਰ ਦੇ ਵਿੱਚ ਅੰਦਰ ਬੈਠ ਕੇ, ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਦੇ ਵਿੱਚ ਬੈਠ ਕੇ ਜਿਹੜੇ ਪਾਤਸ਼ਾਹ ਜੀ ਦੀ ਸ਼ਿਫਤ ਕਰਦੇ, ਕਹਿੰਦੇ ਉਹਨਾਂ ਦਾ ਕੋਠਾ ਤਾਂ ਕੱਚਾ ਪਿਆ ਹੈ, ਉਹਨਾਂ ਦੇ ਵੱਲ ਖਿਆਲ ਨਹੀਂ ਕੀਤਾ। ਹੁਣ ਇਹ ਕਹਿੰਦੇ ਹੈ, ਕਹਿੰਦੇ ਮੈਨੂੰ ਗੱਲ ਪੱਲੇ ਨਹੀਂ ਪਈ,
ਇਹਨਾਂ ਨੇ ਕਿਹਾ, ਉਹ ਕਹਿੰਦੇ ਅੰਮ੍ਰਿਤਸਰ ਦੀ ਬਾਗ ਧਰਤੀ ਦੇ ਉੱਤੇ ਜਾ ਕੇ ਦੇਖ ਕੇ ਆ ਵੀ ਭਾਈ ਮਨਸਾ ਸਿੰਘ ਗੁਰੂ ਕਰਦੇ ਕੀਰਤਨੀ ਨੇ ਪਰਮਾਤਮਾ ਦੀ ਬੰਦਗੀ ਕਰਦੇ, ਗੁਰੂ ਰਾਮਦਾਸ ਮਹਾਰਾਜ ਜੀ ਦੀ ਸ਼ਿਫਤ ਕਰਦੇ ਹੈ, ਪਰ ਕਹਿੰਦੇ ਖਾਣ ਵਾਸਤੇ ਕੱਚੇ ਭਾਂਡੇ ਹੈ, ਬਣਾਉਣ ਵਾਸਤੇ ਕੱਚੇ ਭਾਂਡੇ ਹੈ, ਮਕਾਨ ਵੀ ਕੱਚਾ ਹੈ। ਇਹ ਲਾਹੌਰ ਤੋਂ ਤੁਰੇ, ਜਦੋਂ ਅੰਮ੍ਰਿਤਸਰ ਦੀ ਧਰਤੀ ਦੇ ਉੱਤੇ ਪਹੁੰਚੇ ਹੈ ਲਾਹੌਰ ਤੋਂ, ਫੌਜ ਨਾਲ ਹੈ, ਸਿੰਘ ਸਾਰੇ ਹੀ ਨਾਲ ਨੇ, ਇਹਨਾਂ ਨੂੰ ਠੇਸ ਪਹੁੰਚੀ ਬਹੁਤ ਵੱਡੀ, ਗੁਰਮੁਖੋਂ ਬਹੁਤ ਵੱਡੀ ਠੇਸ ਪਹੁੰਚੀ ਹੈ। ਇਹ ਕਹਿੰਦੇ ਵੀ ਸਾਡੇ ਰਾਜ ਦੇ ਵਿੱਚ ਗੁਰੂ ਰਾਮਦਾਸ ਮਹਾਰਾਜ ਜੀ ਦਾ ਕੀਰਤਨ ਹੀ ਹੋਵੇ ਤੇ ਕੱਚੇ ਮਕਾਨ ਵਿੱਚ ਰਹਿੰਦਾ ਹੋਵੇ, ਕਹਿੰਦੇ ਲੱਖ ਲਾਹਨਤ ਸਾਡੇ ਰਾਜ ਦੇ ਉੱਤੇ, ਦਇਆਵਾਨ ਬੜੇ ਸੀ ਗੁਰਮੁਖ। ਇਹ ਪਹੁੰਚੇ, ਇਹਨਾਂ ਨੇ ਕਿਹਾ ਵੀ ਬੂਹਾ ਖੋਲੋ, ਬੂਹੇ ਦੇ ਉੱਤੇ ਹੱਥ ਮਾਰਿਓ। ਸਿੰਘਾਂ ਨੇ ਹੱਥ ਮਾਰਿਆ, ਕਹਿੰਦੇ ਜੀ ਮਹਾਰਾਜਾ ਰਣਜੀਤ ਸਿੰਘ ਆਪ ਚੱਲ ਕੇ ਤੁਹਾਡੇ ਬੂਹੇ ਦੇ ਉੱਤੇ ਖੜੇ ਹੈ, ਸਾਹਮਣੇ ਖੜੇ ਹੈ, ਦਰਵਾਜ਼ਾ ਖੋਲੋ। ਹੁਣ ਖਿਆਲ ਕਰਿਓ, ਜਿਹੜੇ ਬੰਦਗੀ ਵਾਲੇ ਹੈ ਨਾ ਗੁਰਮੁਖੋਂ, ਉਹਨਾਂ ਦੀ ਟੌਰ, ਉਹਨਾਂ ਦਾ ਕਿਰਦਾਰ ਸੰਸਾਰ ਦੇ ਵਿੱਚੋਂ ਵੱਖਰਾ ਹੁੰਦਾ ਹੈ, ਧਿਆਨ ਦਿਓ ਪਿਆਰਿਓ। ਭਾਈ ਮਨਸਾ ਸਿੰਘ ਕਹਿੰਦੇ ਹੈ, ਕਹਿੰਦੇ ਮੈਂ ਦਰਵਾਜ਼ਾ ਨਹੀਂ ਜੀ ਖੋਲਣਾ। ਮਹਾਰਾਜਾ ਰਣਜੀਤ ਸਿੰਘ ਨੇ ਤਿੰਨ ਵਾਜਾਂ ਮਾਰੀਆਂ, ਕਹਿੰਦੇ ਜੀ ਮੈਂ ਕੁਝ ਦੇਣਾ ਚਾਹੁੰਦਾ ਹਾਂ ਤੁਹਾਨੂੰ, ਮੇਰੀ ਇੱਛਾ ਹੈ, ਮੇਰੀ ਭਾਵਨਾ ਹੈ, ਕਹਿੰਦੇ ਮੈਨੂੰ ਇਹ ਗੱਲ ਬਰਦਾਸ਼ਤ ਨਹੀਂ ਜੇ ਹੋਈ ਵੀ ਤੁਸੀਂ ਕੱਚੇ ਮਕਾਨ ਵਿੱਚ ਰਹਿੰਦੇ ਹੋ, ਕੱਚੇ ਭਾਂਡਿਆਂ ਦੇ ਵਿੱਚ ਪ੍ਰਸ਼ਾਦਾ ਤਿਆਰ ਕਰਦੇ ਹੋ, ਇਹ ਗੱਲ ਬਰਦਾਸ਼ਤ ਨਹੀਂ ਹੈ ਮੈਨੂੰ, ਦਰਵਾਜ਼ਾ ਖੋਲੋ। ਕਹਿੰਦੇ ਮੈਨੂੰ ਪਤਾ ਸੀ, ਮੈਂ ਤਾਂ ਹੀ ਬੂਹਾ ਬੰਦ ਕਰ ਲਿਆ। ਆ ਸਿੱਖ ਦੀ ਪਹਿਚਾਣ, ਗੁਰੂ ਦੇ ਸਿੱਖ ਦੀ, ਪਿਆਰਿਓ ਕਰਿਓ ਕਿਰਪਾ। ਕਹਿੰਦੇ ਮੈਨੂੰ ਪਤਾ ਹੈ ਵੀ ਮੈਂ ਦਰਵਾਜ਼ਾ ਤਾਂ ਹੀ ਬੰਦ ਕੀਤਾ ਹੈ ਵੀ ਤੁਸੀਂ ਦੇਣ ਵਾਸਤੇ ਆਏ ਹੋ, ਕਹਿੰਦੇ ਮੈਂ ਲੈਣਾ ਹੀ ਨਹੀਂ। ਕਹਿੰਦੇ ਕੱਚੇ ਭਾਂਡਿਆਂ ਦੇ ਵਿੱਚ ਬਣਾ ਕੇ ਪ੍ਰਸ਼ਾਦੇ ਛਕਦੇ ਹੋ, ਭਾਈ ਸਾਹਿਬ ਕਿਰਪਾ ਕਰਿਓ, ਆ ਭੇਟਾ ਪ੍ਰਵਾਨ ਕਰਿਓ। ਹੁਣ ਤਵੱਜੋ ਦਿਓ, ਜਿਹੜੀ ਗੱਲ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਆਖਦੇ ਨਾ, ਹਿਰਦਾ ਬਲੁੰਦਰਿਆ ਗਿਆ ਮਹਾਰਾਜਾ ਸਾਹਿਬ ਦਾ। ਕਹਿੰਦੇ ਮਹਾਰਾਜਾ ਸਾਹਿਬ ਤੁਸੀਂ ਸਾਡੇ ਮਹਾਰਾਜੇ ਹੋ, ਪੰਜਾਬ ਦੇ ਰਾਖੇ ਹੋ, ਤੁਹਾਡਾ ਸਤਿਕਾਰ ਹੈ, ਤੁਸੀਂ ਆਏ ਹੋ, ਜੀ ਆਇਆਂ ਨੂੰ ਧੰਨਵਾਦ ਹੈ ਤੁਹਾਡਾ, ਤੁਹਾਡਾ ਕਹਿਣਾ ਸਹੀ ਹੈ, ਤੁਸੀਂ ਫਿਕਰ ਕਰਦੇ ਹੋ ਸਾਰਿਆਂ ਦੀ, ਅਸੀਂ ਬੱਚੇ ਹਾਂ ਤੁਹਾਡੇ। ਪਰ ਕਹਿੰਦੇ ਜੇ ਤੁਸੀਂ ਕੱਚੇ ਭਾਂਡਿਆਂ ਦੀ ਗੱਲ ਕਰਦੇ ਹੋ ਨਾ, ਕਹਿੰਦੇ ਮੈਂ ਕੱਚੇ ਭਾਂਡਿਆਂ ਦੇ ਵਿੱਚ ਪ੍ਰਸ਼ਾਦਾ ਤਿਆਰ ਕਰਕੇ ਜਦੋਂ ਮੈਂ ਛਕਦਾ ਹਾਂ ਨਾ, ਤੇ ਕੱਚੇ ਭਾਂਡਿਆਂ ਦੇ ਵਿੱਚ ਪ੍ਰਸ਼ਾਦਾ ਬਣਾ ਕੇ ਜਦੋਂ ਮੈਂ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਦੀ ਸਿਫਤ ਕਰਦਾ ਹਾਂ ਨਾ, ਕਹਿੰਦੇ ਉਹ ਆਨੰਦ ਮਿਲਦਾ ਹੈ, ਤੁਹਾਡਾ ਲਾਹੌਰ ਦਾ ਤਖਤ ਵੀ ਨਹੀਂ ਦੇ ਸਕਦਾ। ਆਖੋ ਸਤਨਾਮ ਸ੍ਰੀ। ਮੈਨੂੰ ਲੱਗਦਾ ਤੁਸੀਂ ਚਾਹ ਪਾਣੀ ਪੀਤਾ ਨਹੀਂ ਗੁਰਮੁਖੋ, ਤੁਹਾਡੀ ਸੁਰਤ ਕਿਤੇ ਹੋਰ ਬੈਠੀ ਹੈ। ਤੁਸੀਂ 100 ਜਣੇ ਬੈਠੇ ਹੋ, 50-100 ਬੈਠੇ ਹੋਣਗੇ, ਦੇਖੋ ਜੇ 100 ਵਾਰੀ ਵਾਹਿਗੁਰੂ ਬੋਲਿਆ ਤੇ ਕਿੱਥੇ ਗੱਲ ਜਾਂਦੀ ਹੈ। ਮਹਾਰਾਜ ਦੀ ਮੈਂ ਪਹਿਲਾਂ ਤੁਹਾਨੂੰ ਬੇਨਤੀ ਕੀਤੀ, ਅਰਦਾਸ ਇਹ ਕਰਕੇ ਗੁਰੂ ਦੀ ਗੋਦ ਵਿੱਚ ਬੈਠਿਆ ਕਰੋ ਵੀ ਤੁਹਾਡੇ ਚੌਕੜੇ ਵਿੱਚ ਬਰਕਤ ਪਵੇ, ਬੇਨਤੀ ਕਰਨੀ ਮਹਾਰਾਜ ਨੂੰ। ਮੇਰੇ ਤਾਂ 15 ਮਿੰਟ ਬਾਕੀ ਹੈ, ਮੈਂ ਸਮਾਪਤੀ ਕਰਕੇ ਉੱਠ ਜਾਣਾ ਗੁਰਮੁਖੋਂ, ਪਰ ਤੁਹਾਡੀ ਹਾਜ਼ਰੀ ਰਹਿ ਜਾਏਗੀ, ਹਾਜ਼ਰੀ ਲਗਵਾਇਆ ਕਰੋ।
ਦੋਵੇਂ ਹੱਥ ਜੋੜ ਕੇ ਫਿਰ ਆਖੋ ਜੀ ਸਤਨਾਮ ਸ੍ਰੀ। ਤੁਹਾਨੂੰ ਬੇਨਤੀ ਕੀਤੀ ਹੈ ਨਾ ਵੀ ਬਾਬਾ ਕਹਾਉਣਾ, ਅਖਵਾਉਣਾ ਤੇ ਬਣਨਾ ਬੜੀ ਸੌਖੀ ਗੱਲ ਹੈ, ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸਿੱਖ ਬਣਨਾ ਓਨਾ ਹੀ ਔਖਾ ਹੈ। ਹੁਣ ਗੱਲ ਪਤਾ ਕੀ ਕੀਤੀ ਆਨੰਦ ਦੀ, ਆਨੰਦ ਦੀ ਕੀਤੀ ਵੀ ਤੁਹਾਡਾ ਲਾਹੌਰ ਦਾ ਤਖਤ ਵੀ ਨਹੀਂ ਦੇ ਸਕਦਾ। ਜਿਹੜਾ ਆਨੰਦ ਮੈਨੂੰ ਕੱਚੇ ਭਾਂਡਿਆਂ ਦੇ ਵਿੱਚ ਸਬਜ਼ੀ ਬਣਾ ਕੇ ਆਉਂਦਾ ਹੈ ਨਾ, ਛੱਕ ਕੇ ਆਉਂਦਾ ਹੈ, ਉਹ ਤੁਹਾਡਾ ਲਾਹੌਰ ਦਾ ਤਖਤ ਵੀ ਨਹੀਂ ਦੇ ਸਕਦਾ। ਕਹਿੰਦੇ ਤੁਸੀਂ ਦਰਬਾਰ ਸਾਹਿਬ ਚੱਲੇ ਹੋ, ਮਹਾਰਾਜਾ ਸਾਹਿਬ ਮੇਰੀ ਬੇਨਤੀ ਪ੍ਰਵਾਨ ਕਰਿਓ, ਇੱਕ ਅਰਦਾਸ ਕਰਿਓ ਗੁਰੂ ਰਾਮਦਾਸ ਜੀ ਦੇ ਚਰਨਾਂ ਦੇ ਵਿੱਚ। ਕਹਿੰਦੇ ਜੀ ਦੱਸੋ, ਦਰਵਾਜ਼ਾ ਨਹੀਂ ਜੀ ਖੋਲਿਆ। ਕਹਿੰਦੇ ਮਹਾਰਾਜ ਨੂੰ ਬੇਨਤੀ ਕਰਿਓ, ਕਹਿੰਦੇ ਗੁਰੂ ਰਾਮਦਾਸ ਪਾਤਸ਼ਾਹ ਜਿੰਨੇ ਕੁ ਸਵਾਸ ਤੁਸੀਂ ਦਿੱਤੇ ਹੈ ਨਾ, ਏਦਾਂ ਦਾ ਸਮਾਂ ਨਾ ਬਖਸ਼ਿਓ ਵੀ ਤੇਰੇ ਦਰਵਾਜ਼ੇ ਤੋਂ ਹਟ ਕੇ ਕਿਸੇ ਹੋਰ ਤੋਂ ਮੰਗਣ ਦੀ ਲੋੜ ਪਵੇ ਮੈਨੂੰ। ਫਿਰ ਆਖੋ ਜੀ ਸਤਨਾਮ ਸ੍ਰੀ, ਜੋਰ ਦੀ ਬੋਲੋ ਸਤਨਾਮ ਸ੍ਰੀ। ਆ ਹੈ ਜੀ ਗੁਰਸਿੱਖ ਦੀ ਨਿਸ਼ਾਨੀ। ਤੁਸੀਂ ਧਿਆਨ ਦਿਓ ਪਿਆਰਿਓ, ਸਾਰੀ ਦੁਨੀਆ ਮਯੂਸ਼ ਹੈ। ਜਿਹੜਾ ਇਹਦਾ ਬੂਆ ਲੰਘ ਕੇ ਇੱਥੇ ਆਉਂਦਾ ਹੈ ਨਾ, ਤੇ ਮਹਾਰਾਜ ਕਹਿੰਦੇ ਇੱਥੇ ਆ ਕੇ ਨਹੀਂ ਨਾ ਹੱਸਿਆ, ਤੇ ਗੁਰੂ ਸਾਹਿਬ ਕਹਿੰਦੇ ਕਿਸੇ ਦਰਵਾਜ਼ੇ ਦੇ ਉੱਤੇ ਜਾ ਕੇ ਹੱਸ ਨਹੀਂ ਸਕਦਾ। 52 ਕਵੀ ਰੱਖੇ ਸੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ। ਗੁਰੂ ਸਾਹਿਬ ਕਹਿੰਦੇ ਜਿਹੜਾ ਇਹਦਾ ਬੂਆ ਲੰਘ ਕੇ ਆਉਂਦਾ ਹੈ ਨਾ ਗੁਰਮੁਖੋ, ਮਹਾਰਾਜ ਕਹਿੰਦੇ ਜੇ ਇੱਥੇ ਨਹੀਂ ਸਕੂਨ ਮਿਲਿਆ, ਤੇ ਗੁਰੂ ਸਾਹਿਬ ਕਹਿੰਦੇ ਕੋਈ ਵੀ ਦਰਬਾਰ, ਕੋਈ ਵੀ ਚਾਰ ਦੀਵਾਰੀ, ਕੋਈ ਵੀ ਘਰ ਇੱਦਾਂ ਦਾ ਨਹੀਂ ਜਿਹੜਾ ਤੈਨੂੰ ਸਕੂਨ ਦੇ ਸਕੇ, ਕੱਲਾ ਗੁਰੂ ਨਾਨਕ ਦਾ ਘਰ ਹੈ ਗੁਰਮੁਖੋ। ਮਹਾਰਾਜ ਕਹਿੰਦੇ ਇੱਥੇ ਆ ਕੇ ਅਰਦਾਸ ਕਹਿਣ ਦੀ ਲੋੜ ਨਹੀਂ ਪੈਂਦੀ। ਪਾਤਸ਼ਾਹ ਜੀ ਕਹਿੰਦੇ ਤੂੰ ਮਨ ਦੇ ਵਿੱਚ ਫੁਰਨੇ ਰੱਖਿਆ ਕਰ, ਪਰਮਾਤਮਾ ਦੀ ਬਰਕਤ ਪੈ ਜਾਂਦੀ ਹੈ। ਤਾਂ ਕਹੀਦਾ ਹੈ ਗੁਰਮੁਖੋ ਵੀ ਅਦਬ ਦੇ ਨਾਲ ਬੈਠਿਆ ਕਰੋ, ਸਾਨੂੰ ਜੱਗ ਨਾ ਆਵੇ। ਆ ਹੈ ਜੀ ਗੁਰਸਿੱਖ ਮਹਾਰਾਜ ਕਹਿੰਦੇ ਕਰਮ ਧਰਮ ਬਿਨ ਗੁਰ ਅੰਧਿਆਰਾ। ਹਜ਼ੂਰ ਕਹਿੰਦੇ ਬੰਦਾ ਕਹਿੰਦਾ ਵੀ ਮੈਂ ਬਹੁਤ ਵੱਡਾ ਧਰਮੀ ਹਾਂ, ਬਹੁਤ ਵੱਡਾ ਕਰਮੀ ਹਾਂ, ਮੈਂ ਕਰਮ ਵੱਡੇ ਕਰਦਾ ਹਾਂ, ਧਰਮ ਵੱਡਾ ਹੈ ਮੇਰਾ। ਪਰ ਹਜ਼ੂਰ ਕਹਿੰਦੇ ਭਾਈ ਕਹਿੰਦੇ ਜੇ ਮਾਲਕ ਦੀ ਨਜ਼ਰ ਦੇ ਵਿੱਚ ਨਹੀਂ ਨਾ ਆਇਆ, ਬਿਨ ਗੁਰ ਅੰਧਿਆਰਾ। ਹਜ਼ੂਰ ਕਹਿੰਦੇ ਘੋਰ ਕੂਪ ਹਨੇਰਾ ਹੈ ਜ਼ਿੰਦਗੀ ਦੇ ਵਿੱਚ, ਜੇ ਮਾਲਕ ਦੀ ਬੰਦਗੀ ਨਹੀਂ ਕੀਤੀ। ਤੁਸੀਂ ਧਿਆਨ ਦਿਓ ਜੀ, ਮਹਾਰਾਜ ਨੇ ਰਾਵਣ ਦਾ ਬੜਾ ਵੱਡਾ ਫਰਮਾਨ ਦਿੱਤਾ ਹੈ ਜੀ ਬਾਣੀ ਦੇ ਅੰਦਰ, ਬਹੁਤ ਵੱਡਾ। ਪਾਤਸ਼ਾਹ ਜੀ ਕਹਿੰਦੇ ਉਹਦੇ ਵਰਗਾ ਯੋਧਾ ਵੀ ਕੋਈ ਨਹੀਂ, ਗਿਆਨੀ ਵੀ ਕੋਈ ਨਹੀਂ, ਸੋਹਣਾ ਵੀ ਕੋਈ ਨਹੀਂ। ਬਾਣੀ ਦੇ ਵਿੱਚ ਆਖੇ ਅਤ ਸੁੰਦਰ ਕੁਲੀਨ ਚਤੁਰ ਮੁੱਖ ਗਿਆਨੀ ਧੰਨਵੰਤ। ਹਜ਼ੂਰ ਕਹਿੰਦੇ ਉਹਦੇ ਵਰਗਾ ਮਾਇਆਧਾਰੀ ਵੀ ਕੋਈ ਨਹੀਂ। ਧਨ ਦੌਲਤ ਲੰਕਾ ਸੋਨੇ ਦੀ ਹੈ, ਚਾਰੇ ਦੇ ਚਾਰ ਦਰਵਾਜ਼ੇ ਸੋਨੇ ਦੇ, ਸਿੰਘਾਸਨ ਵੀ ਸੋਨੇ ਦਾ। ਤੁਸੀਂ ਧਿਆਨ ਦਿਓ, ਕਹਿੰਦੇ ਉਹਨਾਂ ਚਿਰ ਹਿੰਦੂ ਧਰਮ ਦਾ ਹਵਨ ਪੂਰਾ ਨਹੀਂ ਜੇ ਹੁੰਦਾ ਜਿੰਨਾ ਚਿਰ ਰਾਵਣ ਦਾ ਉਚਾਰਨ ਕੀਤਾ ਹੋਇਆ ਮੰਤਰ ਨਹੀਂ ਪੜਿਆ ਜਾਂਦਾ। ਤੁਸੀਂ ਸੁਣਿਆ ਹੈ ਨਾ ਜਿਹੜਾ ਉਹ ਮੰਤਰ ਹੈ, ਜਲਤ ਕਲਤ
ਉਹ ਜਿਹੜਾ ਉਚਾਰਨ ਕੀਤਾ ਹੈ ਨਾ, ਉਹ ਰਾਵਣ ਨੇ ਉਚਾਰਨ ਕੀਤਾ ਹੈ। ਕਹਿੰਦੇ ਐਡਾ ਵੱਡਾ ਦੇਵਤਾ ਹੈ, ਐਡਾ ਵੱਡਾ ਧਰਮੀ, ਐਡਾ ਵੱਡਾ ਕਰਮੀ। ਹੁਣ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਗੱਲ ਕੀਤੀ ਬਿਨ ਗੁਰ ਅੰਧਿਆਰਾ। ਗੁਰੂ ਸਾਹਿਬ ਕਹਿੰਦੇ ਅਤ ਸੁੰਦਰ ਕੁਲੀਨ ਚਤੁਰ ਮੁੱਖ ਗਿਆਨੀ ਧਨਵੰਤ। ਪਾਤਸ਼ਾਹ ਜੀ ਕਹਿੰਦੇ ਇਹ ਜਿਹੜੇ ਚਾਰ ਗੁਣ ਨੇ ਨਾ ਪਿਆਰੇ, ਇਹ ਰਾਵਣ ਦੇ ਵਿੱਚ ਕਿਸੇ ਹੋਰ ਕੋਲ ਨਹੀਂ ਹੈ। ਤੇ ਜਿਸ ਮਨੁੱਖੀ ਜੀਵ ਦੇ ਅੰਦਰ ਇਹ ਚਾਰੇ ਗੁਣਾਂ ਦਾ ਪ੍ਰਵੇਸ਼ ਹੋ ਜਾਂਦਾ ਹੈ, ਮਹਾਰਾਜ ਕਹਿੰਦੇ ਉਹ ਪਰਮਾਤਮਾ ਵਰਗਾ ਬਣ ਜਾਂਦਾ ਹੈ। ਅਤ ਸੁੰਦਰ ਵੀ ਹੈ, ਕੁਲੀਨ ਵੀ ਹੈ, ਚਤੁਰ ਚਤੁਰ ਚਤੁਰਾਈ ਬਹੁਤ ਵੱਡੀ ਹੈ, ਧਨਵੰਤ ਮਾਇਆ ਬਹੁਤ ਵੱਡੀ ਹੈ, ਮੁੱਖ ਗਿਆਨੀ ਹਜ਼ੂਰ ਕਹਿੰਦੇ ਗਿਆਨੀ ਬੜਾ ਵੱਡਾ ਹੈ। ਰਾਵਣ ਨੂੰ ਵੇਦ ਪੜ੍ਹਨ ਦੀ ਲੋੜ ਨਹੀਂ ਪੈਂਦੀ ਸੀ ਪਰ ਹੁਣ ਕਰਿਓ ਕਿਰਪਾ। ਪਾਤਸ਼ਾਹ ਜੀ ਕਹਿੰਦੇ ਹੈ, ਕਹਿੰਦੇ ਇੱਕ ਕਰਮ ਉਸ ਰਾਵਣ ਨੇ ਮਾੜਾ ਕੀਤਾ, ਸਮੇਂ ਦੇ ਭਗਵਾਨ ਦੀ ਪਤਨੀ ਨੂੰ ਹਰਨ ਕਰਕੇ ਲੈ ਗਿਆ, ਜਿਨ ਸੀਤਾ ਆਂਦੀ ਡਮਰੂ ਵਾਏ। ਕਹਿੰਦੇ ਡਮਰੂ ਵਜਾਇਆ, ਪੇਖ ਬਣਾਇਆ, ਚੁੱਕ ਕੇ ਲੈ ਗਿਆ। ਮਹਾਰਾਜ ਕਹਿੰਦੇ ਹੈ, ਕਹਿੰਦੇ ਇੱਥੋਂ ਮਾਲਕ ਦੀ ਹੋਂਦ ਤੋਂ ਦੂਰ ਹੋ ਗਿਆ। ਪਾਤਸ਼ਾਹ ਜੀ ਕਹਿੰਦੇ ਇੰਨਾ ਕੁਝ ਹੋਣ ਤੋਂ ਬਾਵਜੂਦ ਵੀ ਨਾ ਮ੍ਰਿਤਕ ਕਹੀਏ ਨਾਨਕਾ, ਜਿਹੇ ਪ੍ਰੀਤ ਨਹੀਂ ਭਗਵੰਤ। ਗੁਰਬਾਣੀ ਕਹਿੰਦੀ ਹੈ, ਕਹਿੰਦੇ ਮਰਿਆ ਹੋਇਆ ਹੈ ਰਾਵਣ, ਜੇ ਅਸੀਂ ਗੱਲ ਕਰੀਏ ਮਾਲਕ ਦਾ ਪਿਆਰ ਨਹੀਂ, ਮਾਲਕ ਦੇ ਨਾਲ ਉਹਦੀ ਪ੍ਰੀਤੀ ਨਹੀਂ, ਸਤਿਕਾਰ ਨਹੀਂ। ਤੇ ਸਾਨੂੰ ਵੀ ਸਮਝਾ ਰਹੇ ਮਹਾਰਾਜ, ਕਹਿੰਦੇ ਤੇਰੇ ਵਰਗੇ ਕਰਮੀ ਧਰਮੀ ਦੁਨੀਆਂ ਦੇ ਵਿੱਚ ਕਮੀ ਕੋਈ ਨਹੀਂ, ਪਰ ਹਜ਼ੂਰ ਕਹਿੰਦੇ ਪਰਮਾਤਮਾ ਦੀ ਬੰਦਗੀ ਤੋਂ ਬਗੈਰ ਕੂਪ ਹਨੇਰਾ ਹੈ ਜ਼ਿੰਦਗੀ ਦੇ ਅੰਦਰ। ਸਾਹਿਬ ਕਹਿੰਦੇ ਅੰਦਲੀ ਅਕਲੀ ਬਾਹਰੇ ਕਿਆ ਤਿੰਨ ਸਿਉ ਕਹੀਏ। ਉਹ ਮਹਾਰਾਜ ਕਹਿੰਦੇ ਉਹ ਬੰਦਿਆ, ਪਾਤਸ਼ਾਹ ਜੀ ਕਹਿੰਦੇ ਬਾਣੀ ਤੋਂ ਅਕਲ ਲੈ, ਅੰਨਾ ਹੋ ਚੁੱਕਾ ਹੈ ਮਾਇਆ ਦੇ ਵਿੱਚ, ਜਿਵੇਂ ਰਾਵਣ ਹੋ ਗਿਆ ਸੀ ਪਿਆਰੇ। ਉਹਨੂੰ ਪਤਾ ਹੀ ਨਹੀਂ ਸੀ ਵੀ ਮੇਰਾ ਵਿਨਾਸ਼ ਹੋਣ ਵਾਲਾ ਹੈ। ਲੰਕਾਗੜ ਸੋਨੇ ਕਾ ਪਿਆ ਮੂਰਖ ਰਾਵਣ ਕਿਆ ਲੈ ਗਿਆ। ਬਾਣੀ ਕਹਿੰਦੀ ਗੁਰਮੁਖ, ਬੜਾ ਵੱਡਾ ਫਰਮਾਨ ਦਿੱਤਾ ਮਹਾਰਾਜ ਨੇ। ਹਜ਼ੂਰ ਕਹਿੰਦੇ ਜਿੰਨਾ ਚਿਰ ਬਾਣੀ ਤੋਂ ਅਕਲ ਨਹੀਂ ਨਾ ਲਵੇਗਾ, ਤੈਨੂੰ ਸਮਝ ਨਹੀਂ ਪਵੇਗੀ। ਸਾਹਿਬ ਕਹਿੰਦੇ ਬਿਨ ਗੁਰ ਪੰਥ ਨਾ ਸੋ ਜਈ ਕਿਤ ਵਿਦ ਨਿਰਭਈਐ। ਹਜ਼ੂਰ ਕਹਿੰਦੇ ਐ, ਕਹਿੰਦੇ ਭਾਈ ਪਰਮਾਤਮਾ ਦੀ ਗੁਰੂ ਦੀ ਸ਼ਰਨ ਤੋਂ ਬਗੈਰ, ਮਾਲਕ ਦੀ ਬਾਣੀ ਤੋਂ ਬਗੈਰ ਜੀਵਨ ਬਤੀਤ ਕਿਵੇਂ ਕਰੇਗਾ। ਖੋਟੇ ਕਹੋ ਖਰਾ ਕਹਿ ਖਰੇ ਸਾਰਨਾ ਜਾਣ। ਹਜ਼ੂਰ ਕਹਿੰਦੇ ਤੂੰ ਇਹ ਤਰੀਕੇ ਦੇ ਨਾਲ, ਇਸ ਢੰਗ ਦੇ ਨਾਲ ਅੰਨਾ ਹੋਇਆ ਪਿਆ ਹੈ ਨਾ ਗੁਰਮੁਖੋ। ਮਹਾਰਾਜ ਕਹਿੰਦੇ ਹੈ, ਕਹਿੰਦੇ ਜਿਹੜਾ ਪਰਮਾਤਮਾ ਦੇ ਰਾਹ ਦੇ ਉੱਤੇ ਤੁਰਦਾ ਹੈ ਨਾ, ਤੈਨੂੰ ਉਹ ਖੋਟਾ ਲੱਗਦਾ ਹੈ। ਤੇ ਗੁਰੂ ਸਾਹਿਬ ਕਹਿੰਦੇ ਜਿਹੜੇ ਰਾਹ ਦੇ ਉੱਤੇ ਤੁਰਦਾ ਨਹੀਂ, ਤੇ ਮਹਾਰਾਜ ਕਹਿੰਦੇ ਤੈਨੂੰ ਉਹ ਚੰਗਾ ਲੱਗਦਾ ਹੈ। ਭਾਵ ਅਰਥ ਕੀ ਹੈ ਪਿਆਰਿਓ? ਗੁਰੂ ਨਾਨਕ ਸਾਹਿਬ ਕਹਿੰਦੇ ਹੈ, ਕਹਿੰਦੇ ਭਾਈ ਜਦੋਂ ਚੰਗੇ ਗੀਤ ਸੁਣਦਾ ਨਹੀਂ, ਸਾਖਤਾ ਦੇ ਗੀਤ ਨੂੰ ਪਸੰਦ ਕਰਦਾ ਹੈ, ਤੈਨੂੰ ਰੋਜ਼ ਚਾਹੀਦਾ ਹੈ ਵੀ ਨਿੱਤ ਨਵਾਂ ਗਾਣਾ ਸੁਣੀਏ, ਨਿੱਤ ਨਵੀਂ ਦੁਨੀਆ ਵੀ ਸਿਫਤ ਸੁਣੀਏ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਕਿ ਦੇਖੋ ਕਿੰਨਾ ਚੰਗਾ ਲੱਗਦਾ ਹੈ ਜੀ, ਇਹਨੂੰ ਸਾਰਾ ਇੱਕ ਢਾਂਚਾ ਜਿਹੜਾ ਹੈ, ਇਹਨੂੰ ਦੁਨੀਆਵੀ ਗੱਲਾਂ ਦੇ ਨਾਲ ਪਿਆਰ ਬੜਾ ਹੈ।
ਪਰ ਮਹਾਰਾਜ ਨੇ ਇੱਥੇ ਸਮਝਾਉਣਾ ਕੀਤਾ, ਗੁਰੂ ਸਾਹਿਬ ਕਹਿੰਦੇ ਅੰਧੇ ਕਾ ਨਾਓ ਪਾਰ ਖੂਹ ਕਲੀ ਕਾਲ ਵਿਡਾਣਾ। ਮਹਾਰਾਜ ਕਹਿੰਦੇ ਉਹਨਾਂ ਲੋਕਾਂ ਨੇ ਨਾ ਇਸ ਜਹਾਨ ਦਾ ਨਾਮ ਕਲਯੁਗ ਰੱਖ ਦਿੱਤਾ। ਗੁਰੂ ਸਾਹਿਬ ਕਹਿੰਦੇ ਚਲੋ ਠੀਕ ਹੈ, ਗੱਲ ਵੀ ਸਹੀ ਹੈ, ਪਰ ਪਾਤਸ਼ਾਹ ਜੀ ਇੱਥੇ ਕਹਿੰਦੇ ਆ, ਕਹਿੰਦੇ ਇਹ ਉਹਨਾਂ ਲੋਕਾਂ ਦੀ ਅਸ਼ਚਰਜ ਚਾਲ ਹੈ, ਬੜੀ ਵੱਡੀ ਚਾਲ ਹੈ। ਕਹਿੰਦੇ ਇਹ ਸਿਆਣੇ ਬਹੁਤੇ ਹੈ, ਪਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸਮਝਾਉਣਾ ਕੀਤਾ, ਗੁਰੂ ਸਾਹਿਬ ਕਹਿੰਦੇ ਇਸ ਕਾਲ ਤੋਂ ਜੇ ਬਚਣਾ ਚਾਹੁੰਦੇ ਹੋ ਨਾ, ਮਹਾਰਾਜ ਕਹਿੰਦੇ ਅਬ ਕੱਲੂ ਆਇਓ ਰੇ ਏਕ ਨਾਮ ਬਹੁ 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 ਬਹੁ। ਮਹਾਰਾਜ ਕਹਿੰਦੇ ਜੇ ਤੈਨੂੰ ਲੱਗਦਾ ਵੀ ਕਾਲ ਖੜਾ ਹੈ ਸਿਰ ਦੇ ਉੱਤੇ, ਤੇ ਪਾਤਸ਼ਾਹ ਜੀ ਕਹਿੰਦੇ ਵੀ ਨਾਮ ਦਾ ਬੀਜ ਬੀਜ ਲੈ। ਗੁਰੂ ਸਾਹਿਬ ਕਹਿੰਦੇ ਇਹ ਚਾਲ ਖੇਡੀ ਹੈ ਜੀ ਉਹਨਾਂ ਲੋਕਾਂ ਨੇ। ਹਜ਼ੂਰ ਕਹਿੰਦੇ ਸੋਤੇ ਕਹੋ ਜਾਗਤ ਕਹਿ ਜਾਗਤ ਕਹੋ ਸੋਤਾ। ਮਹਾਰਾਜ ਗੁਰੂ ਸਾਹਿਬ ਕਹਿੰਦੇ ਹੈ, ਕਹਿੰਦੇ ਭਾਈ ਦੁਨੀਆਂ ਨੂੰ ਲੱਗਦਾ ਹੈ ਵੀ ਇਸ ਬੰਦੇ ਦੇ ਕੋਲ ਧਨ ਦੌਲਤ ਹੈ, ਗੱਡੀਆਂ ਮਹਿਲ ਨੇ, ਸਾਰਾ ਹੀ ਕੁਝ ਬੰਦੇ ਕੋਲ ਹੈ, ਪਰ ਗੁਰੂ ਸਾਹਿਬ ਕਹਿੰਦੇ ਹੈ, ਕਹਿੰਦੇ ਭਾਈ ਇਸ ਮਨੁੱਖੀ ਜੀਵ ਨੂੰ ਆਪਣਾ ਗਵਾਂਢੀ ਲੱਗਦਾ ਹੈ ਵੀ ਇਹ ਜਾਗ ਰਿਹਾ। ਪਰ ਮਹਾਰਾਜ ਕਹਿੰਦੇ ਕਦੇ ਅੰਦਰ ਚਾਤੀ ਮਾਰ ਕੇ ਤਾਂ ਦੇਖ। ਹਜ਼ੂਰ ਕਹਿੰਦੇ ਦੁੱਖਾਂ ਦੀਆਂ ਪੰਡਾਂ ਬੰਨੀਆਂ ਪਈਆਂ ਹੋਈਆਂ ਨੇ। ਮਹਾਰਾਜ ਕਹਿੰਦੇ ਅੰਦਰੋਂ ਸੁੱਤੇ ਪਏ ਹੈ, ਸੁੱਕ ਗਏ ਪਿਆਰੇ ਹੋ। ਤੇ ਸਮਾਜ ਕਹਿੰਦਾ, ਕਹਿੰਦੇ ਭਾਈ ਕਮਾਲ ਦਾ ਬੰਦਾ ਹੈ, ਚੜ੍ਹਦੀ ਕਲਾ ਹੈ, ਨਗਰ ਦੇ ਵਿੱਚ ਸੋਭਾ ਹੈ, ਵੱਡਾ ਮਹਿਲ ਹੈ, ਵੱਡੀ ਕੋਠੀ ਹੈ, ਵੱਡੀਆਂ ਗੱਡੀਆਂ ਨੇ। ਮਹਾਰਾਜ ਕਹਿੰਦੇ ਨਹੀਂ। ਹਜ਼ੂਰ ਕਹਿੰਦੇ ਹਿਰਦੇ ਦੇ ਅੰਦਰ ਚਾਤੀ ਮਾਰ ਕੇ ਦੇਖ। ਪਾਤਸ਼ਾਹ ਜੀ ਕਹਿੰਦੇ ਕੂਪ ਹਨੇਰਾ ਹੈ ਭਾਈ, ਤੈਨੂੰ ਲੱਗਦਾ ਹੈ ਜਾਗ ਰਿਹਾ, ਮਾਰ ਕਹਿੰਦੇ ਸੁੱਤਾ ਹੈ। ਗੁਰੂ ਸਾਹਿਬ ਕਹਿੰਦੇ ਹੈ ਜੀਵਤ ਕੋ ਮੋਆ ਕਹਿ ਮੋਏ ਨਹੀਂ ਰੋਤਾ। ਹਜ਼ੂਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਇੱਥੇ ਸਵਾਲ ਕੀਤਾ। ਗੁਰੂ ਸਾਹਿਬ ਕਹਿੰਦੇ ਪਰਮਾਤਮਾ ਦੀ ਭਗਤੀ ਤੋਂ ਬਗੈਰ, ਮਾਲਕ ਦੀ ਬਰਕਤ ਤੋਂ ਬਗੈਰ, ਹਜ਼ੂਰ ਕਹਿੰਦੇ ਸਾਰੇ ਦੇ ਸਾਰੇ ਲੋਕ ਮਰੇ ਪਏ ਹੋਏ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਫੇਰ ਵੀ ਅਜੇ ਤੁਰਦਾ ਫਿਰਦਾ ਹੈ, ਕੋਈ ਵੱਡੀ ਗੱਲ ਨਹੀਂ। ਮਾਰ ਕਹਿੰਦੇ ਸਮੁੱਚੀ ਕਾਇਨਾਤ ਤੁਰਦੀ ਫਿਰਦੀ ਹੈ। ਪਾਤਸ਼ਾਹ ਜੀ ਕਹਿੰਦੇ ਉਹ ਮਨੁੱਖ ਡੋਲ ਜਾਂਦਾ ਹੈ ਜੀ ਜਿਹੜਾ ਪਰਮਾਤਮਾ ਦੇ ਨਾਮ ਦੇ ਨਾਲ ਅੰਦਰੋਂ ਨਹੀਂ ਜੁੜਿਆ। ਪਾਤਸ਼ਾਹ ਜੀ ਨੇ ਅੱਗੇ ਗੱਲ ਕੀਤੀ, ਆਪਤ ਕਉ ਜਾਤਾ ਕਹਿ ਜਾਤੇ ਕਉ ਆਇਆ। ਹਜ਼ੂਰ ਕਹਿੰਦੇ ਹੈ, ਕਹਿੰਦੇ ਪਰਮਾਤਮਾ ਦੇ ਰਸਤੇ ਤੇ ਤੁਰਨ ਵਾਲੇ ਇਸ ਸੰਸਾਰ ਨੂੰ ਗਏ ਗੁਜਰੇ ਲੱਗਦੇ ਹੈ। ਤੁਸੀਂ ਧਿਆਨ ਦੇ ਹੋ, ਤੁਹਾਡਾ ਨਗਰ ਹੈ ਪਿਆਰੇ, ਤੇ ਕਦੇ ਵੀ ਮਾਲਕ ਦੀ ਬੰਦਗੀ ਨਹੀਂ ਕੀਤੀ। ਜੇ ਬੰਦਾ ਉਹ ਪਰਮਾਤਮਾ ਦਾ ਨਾਮ ਜਪਣ ਲੱਗ ਜਾਏ ਨਾ, ਤੇ ਸਾਰਾ ਨਗਰ ਪਿੱਛੇ ਪੈ ਜਾਂਦਾ ਹੈ। ਕਹਿੰਦੇ ਲੈ, ਕਹਿੰਦੇ ਸਾਰੇ ਨਗਰ ਦੇ ਚੂਹੇ ਖਾ ਗਿਆ, ਹੁਣ ਕਹਿੰਦਾ ਵੀ ਹੱਜ ਕਰੀ ਆਈਏ। ਅੱਡੇ ਹੀ ਹੈ ਨਾ ਗੁਰਮੁਖੋ, ਇੰਨਾ ਚਿਰ ਹੋ ਗਿਆ ਇਹਨੂੰ ਠੱਗੀ ਮਾਰਦੇ ਨੂੰ, ਬੇਈਮਾਨੀ ਕਰਦੇ ਨੂੰ। ਪਰ ਗੁਰੂ ਸਾਹਿਬ ਕਹਿੰਦੇ ਨਹੀਂ ਭਾਈ, ਉਹਦੀ ਜ਼ਿੰਦਗੀ ਦਾ, ਉਹਦੇ ਜੀਵਨ ਦਾ ਹਨੇਰਾ ਦੂਰ ਹੋ ਚੁੱਕਾ ਹੈ। ਗੁਰੂ ਸਾਹਿਬ ਕਹਿੰਦੇ ਹੈ, ਕਹਿੰਦੇ ਭਾਈ ਉਹਨੂੰ ਲੋਕ ਆਖਦੇ ਹੈ, ਕਹਿੰਦੇ ਭਾਈ ਇਹ ਮਰ ਚੁੱਕਾ ਹੈ। ਪਰ ਮਹਾਰਾਜ ਕਹਿੰਦੇ ਉਹ ਅੰਦਰੋਂ ਪ੍ਰਗਟ ਕੀਤਾ ਮਾਲਕ ਨੂੰ। ਹਜ਼ੂਰ ਕਹਿੰਦੇ ਉਹ ਜਾਗ ਰਿਹਾ, ਉਹਦੀ ਅਵਸਥਾ ਵੱਡੀ ਕਰ ਦਿੱਤੀ ਮਾਲਕ ਨੇ, ਪਰਮੇਸ਼ਵਰ ਨੇ। ਗੁਰੂ ਸਾਹਿਬ ਕਹਿੰਦੇ ਹੈ, ਕਹਿੰਦੇ ਭਾਈ ਉਹ ਗਿਆ ਗੁਜਰਾ ਨਹੀਂ, ਉਹਨੂੰ ਮਾਲਕ ਦੀ ਸਮਝ ਆ ਚੁੱਕੀ ਹੈ। ਪਰ ਕੀ ਕਹੋ ਆਪਣੀ ਕਹਿ ਆਪਣੋ ਨਹੀਂ ਪਿਆ।
ਗੁਰੂ ਨਾਨਕ ਸਾਹਿਬ ਕਹਿੰਦੇ ਹੈ, ਕਹਿੰਦੇ ਭਾਈ ਇਹ ਸਮੁੱਚੀ ਕਾਇਨਾਤ ਦੇ ਪਦਾਰਥਾਂ ਨੂੰ ਮਹਾਰਾਜ ਕਹਿੰਦੇ ਹੈ ਆਪਣਾ ਸਮਝਦਾ ਹੈ, ਪਰ ਗੁਰੂ ਸਾਹਿਬ ਕਹਿੰਦੇ ਇੱਕ ਵੀ ਪਦਾਰਥ ਇਹਦਾ ਨਹੀਂ ਹੈ। ਤੇ ਸਮੁੱਚੇ ਪਦਾਰਥਾਂ ਨੂੰ ਮਹਾਰਾਜ ਕਹਿੰਦੇ ਆਪਣੇ ਘਰ ਨੂੰ ਵੀ ਬੁੱਕਲ ਵਿੱਚ ਲੈ ਕੇ ਬੈਠਾ ਹੈ। ਇੱਥੋਂ ਤੱਕ ਘਰ ਦਾ ਜਿਹੜਾ ਜੀ ਹੈ ਨਾ, ਗੁਰਮੁਖ ਜਿਹੜਾ ਬਹੁਤਾ ਸਿਆਣਾ ਹੈ, ਉਹ ਕਹਿੰਦਾ ਹੈ ਕਹਿੰਦੇ ਮੈਂ ਜੇ ਨਾ ਆਖਾਂ ਤੇ ਮੇਰੇ ਘਰ ਦਾ ਪੱਤਾ ਵੀ ਨਹੀਂ ਹਿਲਦਾ। ਬਹੁਤੇ ਸਿਆਣੇ, ਬਹੁਤੇ ਬਜ਼ੁਰਗ, ਬਹੁਤੀਆਂ ਬੀਬੀਆਂ ਅੱਜ ਵੀ ਇੱਦਾਂ ਦੀਆਂ ਨੇ ਜਿਹੜੇ ਆਪਣੇ ਘਰ ਨੂੰ, ਆਪਣੇ ਬੱਚਿਆਂ ਨੂੰ ਆਪਣੀ ਬੁੱਕਲ ਵਿੱਚ ਰੱਖਦੇ ਹੈ, ਆਪਣੀ ਮੁੱਠੀ ਵਿੱਚ ਰੱਖਦੇ ਹੈ। ਉਹ ਕਹਿੰਦੇ ਵੀ ਮੈਂ ਹੀ ਸਿਆਣਾ ਹਾਂ। ਪਰ ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇੱਥੇ ਦੁਦਕਾਰਿਆ, ਬਾਣੀ ਕਹਿੰਦੀ ਹੈ, ਬਾਬਾ ਫਰੀਦ ਜੀ ਕਹਿੰਦੇ ਆ ਜੇ ਤੂੰ ਸਿਆਣਾ ਹੈ ਨਾ, ਜੇ ਤੂੰ ਅਕਲ ਲਤੀਫ, ਪਰ ਕਾਲੇ ਲਿਖ ਨਾ ਲੇਖ। ਬਾਬਾ ਫਰੀਦ ਜੀ ਕਹਿੰਦੇ ਹੈ ਫਿਰ ਤੇਰੇ ਲੇਖ ਕਾਲੇ ਕਿਉਂ ਹੈ, ਅੰਦਰ ਤਾਂ ਮੈਲ ਭਰੀ ਹੋਈ ਹੈ, ਤੂੰ ਕਹਿੰਦਾ ਮੈਂ ਸਿਆਣਾ। ਗੁਰੂ ਨਾਨਕ ਸਾਹਿਬ ਕਹਿੰਦੇ ਨਹੀਂ ਭਾਈ। ਮਹਾਰਾਜ ਕਹਿੰਦੇ ਹੈ ਕਹਿੰਦੇ ਭਾਈ ਜੋ ਵੀ ਸ੍ਰਿਸ਼ਟੀ ਦੀ ਰਚਨਾ ਹੈ ਪਰਮਾਤਮਾ ਨੇ ਰਚੀ ਹੋਈ ਹੈ, ਹਜ਼ੂਰ ਕਹਿੰਦੇ ਪਦਾਰਥਾਂ ਦੀ ਲੋੜ ਪੈਂਦੀ ਹੈ, ਸੁੱਖ ਸਹੂਲਤਾਂ ਦੀ ਲੋੜ ਪੈਂਦੀ ਹੈ, ਪਰ ਗੁਰੂ ਨਾਨਕ ਸਾਹਿਬ ਕਹਿੰਦੇ ਹੈ ਕਹਿੰਦੇ ਭਾਈ ਇਹ ਸਾਰੇ ਦੇ ਸਾਰੇ ਇੱਥੇ ਹੀ ਰਹਿ ਜਾਣੇ ਨੇ, ਇੱਕ ਵੀ ਪਦਾਰਥ ਨੇ ਨਾਲ ਨਹੀਂ ਜਾਣਾ। ਮਹਾਰਾਜ ਕਹਿੰਦੇ ਮਿੱਠੇ ਕੋ ਕੌੜਾ ਕਹੇ, ਕੌੜੇ ਕੋ ਮਿੱਠਾ। ਗੁਰੂ ਨਾਨਕ ਸਾਹਿਬ ਕਹਿੰਦੇ ਗੀਤ ਸੁਣਦਾ ਹੈ ਨਾ ਸਾਧਕਾਂ ਦੇ, ਮਾੜੇ ਗੀਤ ਸੁਣਦਾ ਹੈ ਤੇ ਕਹਿੰਦਾ ਵੀ ਵਾਹ ਸਵਾਦ ਹੀ ਆ ਗਿਆ, ਪਰ ਜਦੋਂ ਬਾਣੀ ਦੀ ਗੱਲ ਆਉਂਦੀ ਹੈ ਮਹਾਰਾਜ ਕਹਿੰਦੇ ਲੰਬਾ ਪੈਰ ਕਰਕੇ ਸੁੱਤਾ ਪਿਆ ਹੈ। ਬਾਣੀ ਨੂੰ ਕਹਿੰਦਾ ਹੈ ਮੈਨੂੰ ਕੌੜੀ ਲੱਗਦੀ ਹੈ। ਕਰਿਓ ਕਿਰਪਾ ਸਾਰੇ ਗੁਰਮੁਖੋ, ਤਵੱਜੋ ਦਿਓ, ਸਮਾਪਤੀ ਦਾ ਵੇਲਾ ਹੈ। ਇੱਕ ਮਹਾਂਪੁਰਖ ਬੈਠੇ ਸਨ, ਇੱਕ ਦਿਹਾੜੀਦਾਰ ਮਜ਼ਦੂਰ ਆਇਆ, ਕਹਿੰਦੇ ਬਾਬੇ ਉਹ ਤੁਹਾਡੀ ਮੌਜ ਬੜੀ ਹੈ, ਸਾਰੀ ਦਿਹਾੜੀ ਕਹਿੰਦੇ ਵਿਹਲੇ ਰਹਿੰਦੇ ਹੋ, ਵਧੀਆ ਖਾਣ ਨੂੰ ਪ੍ਰਸ਼ਾਦਾ, ਚਿੱਟੇ ਕੱਪੜੇ ਪਾਏ ਹੋਏ, ਸੋਹਣੀਆਂ ਪੱਗਾਂ ਨੇ ਤੁਹਾਡੀਆਂ, ਕਹਿੰਦੇ ਤੁਹਾਡੀ ਮੌਜ ਹੈ। ਸਾਰੀ ਦਿਹਾੜੀ ਵਿਹਲੇ ਰਹਿ ਕੇ ਕਹਿੰਦੇ ਕੱਖ ਨਹੀਂ ਤੁਸੀਂ ਕਰਦੇ, ਮਹਾਂਪੁਰਖਾਂ ਨੂੰ ਕਹਿੰਦਾ ਹੈ। ਤੇ ਮਹਾਂਪੁਰਖ ਕਹਿੰਦੇ ਵੀ ਤੂੰ ਕੀ ਕਰਦਾ ਹੈ? ਕਹਿੰਦੇ ਜੀ ਮਜ਼ਦੂਰੀ ਕਰ ਰਿਹਾ। ਕਹਿੰਦੇ ਕਿੰਨੀ ਕੁ ਮਜ਼ਦੂਰੀ ਹੈ? ਕਹਿੰਦੇ 400। ਕਿੰਨੇ ਘੰਟੇ ਕੰਮ ਕਰਦਾ? ਕਹਿੰਦੇ 8 ਘੰਟੇ। ਕਹਿੰਦੇ ਤੈਨੂੰ 800 ਦੇਵਾਂਗੇ, ਸਾਡੇ ਨਾਲ ਆ ਜਾ ਤੇ ਤੇਰੇ 4 ਘੰਟੇ ਵੀ ਘਟਾ ਦਿੱਤੇ, 4 ਘੰਟੇ ਮਜ਼ਦੂਰੀ ਸਾਡੇ ਕੋਲ ਬੈਠ ਕੇ ਕਰ, ਤੈਨੂੰ 800 ਰੁਪਈਆ ਦੇਵਾਂਗੇ। ਉਹ ਕਹਿੰਦਾ ਜੀ ਠੀਕ ਹੈ, ਵਧੀਆ ਗੱਲ ਹੈ। ਕਹਿੰਦੇ ਜਾ ਫਿਰ ਇਸ਼ਨਾਨ ਕਰਕੇ ਆ, ਕੇਸੀ ਇਸ਼ਨਾਨ ਕਰਕੇ ਆ ਤੇ ਫਿਰ ਸਾਡੇ ਕੋਲ ਆ। ਉਹਨੇ ਇਸ਼ਨਾਨ ਪੰਨ ਕੀਤਾ ਤੇ ਮਹਾਂਪੁਰਖਾਂ ਦੇ ਕੋਲ ਆ ਕੇ ਬੈਠ ਗਿਆ। ਉਹ ਕਹਿੰਦੇ ਵੀ ਮਾਰ ਚੌਕੜਾ, ਚੌਕੜਾ ਮਾਰਿਆ, ਅੱਖਾਂ ਬੰਦ ਕੀਤੀਆਂ। ਕਹਿੰਦੇ 4 ਘੰਟੇ ਨਾ 800 ਰੁਪਈਆ ਦੇਵਾਂਗੇ ਤੇ ਵਾਹਿਗੁਰੂ ਵਾਹਿਗੁਰੂ ਕਰੀ ਚੱਲ, ਧਿਆਨ ਦਿਓ। ਜਦੋਂ 20-25 ਮਿੰਟ ਬਤੀਤ ਹੋ ਗਏ ਨਾ, ਫਿਰ 1/2 ਘੰਟਾ ਹੋ ਗਿਆ, ਉਹਨੇ ਅੱਖਾਂ ਖੋਲ ਲਈਆਂ। ਹੁਣ ਮਹਾਂਪੁਰਖ ਜਿਹੜੇ ਹੈ ਹੁਣ ਸ਼ਾਂਤ ਬੈਠੇ ਹੈ, ਵਾਹਿਗੁਰੂ ਵਾਹਿਗੁਰੂ ਜਪਦੇ ਹੈ। ਉਹ ਸੋਚਦਾ ਹੈ ਵੀ ਮਨਾ ਇਹ ਤਾਂ ਕੰਮ ਬੜਾ ਔਖਾ ਹੈ। ਕਹਿੰਦੇ ਹਜੇ ਤਾਂ 1 ਘੰਟਾ ਹੋਇਆ, ਮੇਰੇ ਤਾਂ ਸਰੀਰ ਦੀ ਅਵਸਥਾ ਡੋਲਣ ਲੱਗ ਪਈ। ਉਹਨੇ ਕਿਹਾ ਕਹਿੰਦੇ ਬਾਬਾ ਜੀ ਕਹਿੰਦੇ ਮਾਫ ਕਰਿਓ, ਕਹਿੰਦੇ ਮੈਂ ਚੱਲਿਆ, ਮੈਨੂੰ ਤਾਂ 8 ਘੰਟੇ ਦੀ ਆਪਣੀ ਮਜ਼ਦੂਰੀ ਮਨਜ਼ੂਰ ਹੈ, ਮੈਂ ਤੁਹਾਡਾ ਨਾਮ ਨਹੀਂ ਜਪਣਾ।
ਤੇ ਮਾਂ ਪਿਓ ਕਹਿੰਦੇ ਆ, ਕਹਿੰਦੇ ਦੇਖਿਆ ਫਿਰ ਤੂੰ ਕਹਿੰਦਾ ਸੀ ਨਾ ਵੀ ਵਿਹਲੇ ਬੈਠੇ ਰਹਿੰਦੇ ਆ। ਪਾਤਸ਼ਾਹ ਜੀ ਪਤਾ ਕੀ ਕਹਿੰਦੇ ਬਾਣੀ ਦੇ ਵਿੱਚ, ਸਾਚਾ ਮਹਾਰਾਜ ਕਹਿੰਦੇ ਸਾਚਾ ਨਾਵਣ ਗੁਰ ਕੀ ਸੇਵਾ। ਹਜ਼ੂਰ ਨੇ ਇੱਕ ਹੋਰ ਫਰਮਾਨ ਦਿੱਤਾ, ਗੁਰੂ ਸਾਹਿਬ ਮਹਾਰਾਜ ਕਹਿੰਦੇ ਹੈ, ਕਹਿੰਦੇ ਭਾਈ ਜਿੰਨਾ ਚਿਰ ਸਮਾਧੀ ਲਾ ਕੇ ਪਰਮਾਤਮਾ ਦੇ ਨਾਮ ਦੀ ਬਰਕਤ ਨਹੀਂ ਨਾ ਪੈਂਦੀ, ਹਜ਼ੂਰ ਕਹਿੰਦੇ ਪਰਮਾਤਮਾ ਦਾ ਨਾਮ ਵੀ ਸਾਨੂੰ ਕੌੜਾ ਲੱਗਦਾ ਹੈ, ਟਿਕਦਾ ਨਹੀਂ ਨਾ ਹਿਰਦੇ ਦੇ ਅੰਦਰ। ਆਖਣ ਔਖਾ ਸਾਚਾ ਨਾਉ। ਮਹਾਪੁਰ ਕਹਿੰਦੇ ਹੈ ਦੁਨੀਆਂ ਦਾ ਸਭ ਤੋਂ ਔਖਾ ਕੰਮ ਹੈ ਪਰਮਾਤਮਾ ਦੀ ਬੰਦਗੀ ਕਰਨਾ। ਤੂੰ ਕਹਿੰਦਾ ਵੀ ਮੈਂ ਜਪ ਲਵਾਂਗਾ, ਕਹਿੰਦੇ 800 ਰੁਪਈਏ ਦੇਵਾਂਗੇ ਤੇ ਬੈਠ ਤਾਂ ਸਹੀ, 2 ਘੰਟੇ ਦਾ ਬੈਠ ਕੇ ਦੇਖ, ਤੈਨੂੰ ਪਤਾ ਲੱਗੇਗਾ ਵੀ ਚਿੱਟੇ ਕੱਪੜੇ ਕਿਵੇਂ ਮਿਲਦੇ ਆ। ਭੱਜਾ ਨਜ਼ਰ ਆਇਆ ਗੁਰਮੁਖੋਂ, ਭੱਜ ਗਿਆ ਉੱਠ ਕੇ, ਕਹਿੰਦੇ ਨਾ ਨਾ ਮੇਰੀ ਤਾਂ ਕਹਿੰਦੇ ਮਜ਼ਦੂਰੀ ਠੀਕ ਹੈ। ਤਾਂ ਪਾਤਸ਼ਾਹ ਜੀ ਕਹਿੰਦੇ ਹੈ, ਕਹਿੰਦੇ ਭਾਈ ਜਿਹੜਾ ਸੱਚ ਨਾਮ ਹੈ ਨਾ ਭਾਈ, ਇਹ ਔਖਾ ਬੜਾ ਹੈ, ਇਹ ਸ਼ੁੱਧ ਭਾਂਡੇ ਦੇ ਵਿੱਚ ਟਿਕਦਾ ਹੈ, ਪਰ ਜੇ ਕੋਈ ਬੰਦਗੀ ਕਰਨ ਵਾਲਾ ਹੋਵੇ। ਮਹਾਰਾਜ ਕਹਿੰਦੇ ਭਾਈ ਇਹ ਪਰਮਾਤਮਾ ਦੇ ਨਾਮ ਨੂੰ ਕੌੜਾ ਸਮਝਦਾ ਹੈ, ਪਰ ਪਾਤਸ਼ਾਹ ਜੀ ਕਹਿੰਦੇ ਇਹਦੀ ਇੰਨੀ ਮਿਠਾਸ ਹੈ ਨਾ, ਕੇਵਲ ਲੋਕ ਨਹੀਂ ਤੇਰਾ ਪਰਲੋਕ ਵੀ ਸਵਾਦੀ ਬਣਾ ਦਿੰਦੇ ਹੈ। ਪਾਤਸ਼ਾਹ ਜੀ ਦੋਵੇਂ ਲੋਕ ਸਵਾਰ ਦਿੱਤੇ ਮਹਾਰਾਜ ਨੇ ਜਦੋਂ ਨਾਮ ਜਪਿਆ। ਹਜ਼ੂਰ ਕਹਿੰਦੇ ਰਾਤੇ ਕੀ ਨਿੰਦਾ ਕਰੈ ਐਸਾ ਕਲ ਮੈਂ ਡੀਠਾ। ਪਾਤਸ਼ਾਹ ਜੀ ਕਹਿੰਦੇ ਇਹ ਚੰਗੇ ਬੰਦੇ ਦੀ ਨਿੰਦਾ ਕਰਦਾ ਹੈ ਜੀ, ਪਰਮਾਤਮਾ ਦੀ ਬੰਦਗੀ ਨਹੀਂ ਹੈ। ਤੁਸੀਂ ਧਿਆਨ ਦਿਓ, ਇੱਕ ਪ੍ਰਣ ਕਰਿਓ ਜ਼ਿੰਦਗੀ ਦੇ ਅੰਦਰ। ਮਹਾਰਾਜ ਕਹਿੰਦੇ ਜਦੋਂ ਵੀ ਸੋਝੀ ਆਵੇ ਨਾ ਤੁਹਾਨੂੰ ਤੇ ਸਾਨੂੰ, ਮੈਂ ਵੀ ਵਿੱਚ ਹੀ ਹਾਂ ਤੁਹਾਡੇ, ਉਦੋਂ ਮਾਲਕ ਦੇ ਚਰਨਾਂ ਦੇ ਵਿੱਚ ਅਰਦਾਸ ਕਰਿਓ। ਜੇ ਤੁਹਾਡੀ ਕੋਈ ਨਿੰਦਾ ਕਰਦਾ ਹੈ ਨਾ ਗੁਰਮੁਖੋ, ਤੇ ਪਾਤਸ਼ਾਹ ਜੀ ਕਹਿੰਦੇ ਭਾਈ ਅੱਗੋਂ ਨਾ ਰਿਐਕਟ ਨਾ ਕਰਿਆ ਕਰ, ਜੇ ਕੋਈ ਨਿੰਦਾ ਕਰਦਾ ਹੈ ਤੇ ਤੂੰ ਬੈਸ ਕਰੇਗਾ ਮਾਲਕ ਦੇ ਝਗੜੇ ਵੱਧ ਜਾਣਗੇ, ਇੱਕ ਪ੍ਰਣ ਕਰਿਆ ਕਰੋ ਨਾਨਕ ਪ੍ਰਭ ਸਰਨਾਈ। ਤੁਸੀਂ ਮਹਾਰਾਜ ਦੀ ਗੋਦ ਵਿੱਚ ਆ ਜਾਓ, ਕਰਤਾਰ ਦੇ ਉੱਤੇ ਸਾਰੀ ਗੱਲ ਛੱਡ ਦੇਣੀ ਚਾਹੀਦੀ ਹੈ ਜਿਹੜਾ ਬੰਦਾ ਨਿੰਦਾ ਕਰਦਾ ਹੈ। ਧਿਆਨ ਦੇ ਗੁਰਮੁਖੋ, ਕਹਿੰਦੇ ਰਿਐਕਟ ਨਾ ਕਰਿਆ ਕਰ, ਅੱਗੋਂ ਸਵਾਲ ਜਵਾਬ ਨਾ ਕਰਿਆ ਕਰ, ਕਰਤਾਰ ਦੇ ਉੱਤੇ ਗੱਲ ਛੱਡ ਦੇ, ਮੁੱਖ ਨਿੰਦਕ ਕਹਿ ਛਾਈ। ਕਹਿੰਦੇ ਜਦੋਂ ਕਰਤਾਰ ਫੈਸਲਾ ਕਰਦਾ ਹੈ ਨਾ ਬੰਦਾ ਭੁੱਬਾ ਮਾਰ ਮਾਰ ਰਹਿੰਦਾ ਹੈ ਗੁਰਮੁਖੋ। ਪਾਤਸ਼ਾਹ ਜੀ ਕਹਿੰਦੇ ਦੇਖ ਨਿੰਦਕ ਨੂੰ ਕਿਵੇਂ ਮਾਰਿਆ ਮਹਾਰਾਜ ਨੇ, ਮਾਰ ਦਿੱਤੇ ਜੀ। ਜਿਸ ਦਿਨ ਕਰਤਾਰ ਦਾ ਫੈਸਲਾ ਆਉਂਦਾ ਨਾ, ਕਹਿੰਦੇ ਭੁੱਬਾ ਮਾਰ ਮਾਰ ਰਹਿੰਦਾ ਹੈ। ਪਾਤਸ਼ਾਹ ਜੀ ਕਹਿੰਦੇ ਤੂੰ ਕਰਤਾਰ ਦੇ ਉੱਤੇ ਗੱਲ ਸਾਰੀ ਗੱਲ ਛੱਡ ਦਿਆ ਕਰ, ਜ਼ਰੂਰ ਮਹਾਰਾਜ ਨੂੰ ਬੇਨਤੀ ਕਰਿਆ ਕਰੋ। ਹਜ਼ੂਰ ਕਹਿੰਦੇ ਹੈ ਚੇਰੀ ਕੀ ਸੇਵਾ ਕਰੇ ਠਾਕੁਰ ਨਹੀਂ ਦਿਸੇ। ਮਹਾਰਾਜ ਕਹਿੰਦੇ ਲੋਕ ਪਚਾਰਾ ਕਰੇ ਦਿਨ ਰਾਤ। ਹਜ਼ੂਰ ਕਹਿੰਦੇ ਲੋਕਾਂ ਦੀਆਂ ਵਡਿਆਈਆਂ ਦੇਖ ਕੇ ਨਾ ਅਫਲਦਾ ਫਿਰਦਾ ਹੈ, ਡੋਲਦਾ ਫਿਰਦਾ ਹੈ, ਭਟਕਦਾ ਫਿਰਦਾ ਹੈ, ਪਰ ਇਹਨੂੰ ਠਾਕੁਰ ਨਜ਼ਰ ਨਹੀਂ ਆ ਰਿਹਾ, ਪਰਮਾਤਮਾ ਨਜ਼ਰ ਨਹੀਂ ਆ ਰਿਹਾ। ਗੁਰੂ ਸਾਹਿਬ ਕਹਿੰਦੇ ਪੋਖਰ ਨੀਰ ਬਰਲੋਈ ਹੈ ਮਾਖਣ ਨਹੀਂ ਦਿਸੈ। ਮਹਾਰਾਜ ਕਹਿੰਦੇ ਇੱਕ ਕੱਲਾ ਪਾਣੀ ਰੜਕਦਾ ਹੈ, ਦੁੱਧ ਨਹੀਂ ਪਾਇਆ ਨਾਮ ਵਾਲਾ। ਤੇ ਗੁਰੂ ਸਾਹਿਬ ਕਹਿੰਦੇ ਜੇ ਪਾਣੀ ਕੱਲਾ ਰੜਕੇਗਾ ਤੇ ਮਹਾਰਾਜ ਕਹਿੰਦੇ ਮੱਖਣ ਆਉਣਾ ਹੀ ਨਹੀਂ। ਹਜ਼ੂਰ ਕਹਿੰਦੇ ਹੈ, ਕਹਿੰਦੇ ਇਸ ਸਰੀਰ ਨੂੰ ਮਧਾਣੀ ਬਣਾ,
ਨਾਮ ਦੀ ਜਿਹੜੀ ਉਹ ਦਹੀ ਹੈ ਨਾ, ਕੱਲਾ ਪਾਣੀ ਨਹੀਂ, ਨਾਮ ਵਾਲੀ ਦਹੀ ਵਿਚਲਾ। ਗੁਰੂ ਸਾਹਿਬ ਕਹਿੰਦੇ ਰੋਜ਼ ਜਦੋਂ ਹੌਲੀ ਹੌਲੀ ਮਦਾਨੀ ਤੂੰ ਚਲਾਵੇਗਾ ਨਾ, ਫੇਰੇਗਾ ਤੇ ਮੱਖਣ ਨੇ ਵੀ ਪ੍ਰਗਟ ਹੋ ਜਾਣਾ ਹੈ। ਗੁਰੂ ਸਾਹਿਬ ਕਹਿੰਦੇ ਫਿਰ ਨਾਮ ਦੀ ਜੋਤ ਅੰਦਰੋਂ ਪ੍ਰਗਟ ਹੋ ਜਾਂਦੀ ਹੈ, ਇਹ ਕੋਈ ਦੂਰ ਨਹੀਂ ਬੈਠੀ। ਹਜ਼ੂਰ ਕਹਿੰਦੇ ਇਸ ਪਦ ਜੋ ਅਰਥਾਏ ਲੇ ਸੋ ਗੁਰੂ ਹਮਾਰਾ। ਕਹਿੰਦੇ ਭਾਈ ਮੇਰੇ ਆਤਮਕ ਦਰਜੇ ਨੂੰ ਪਰਮਾਤਮਾ ਨੇ ਉੱਚਾ ਕਰ ਦਿੱਤਾ, ਹੁਣ ਰੋਮ ਰੋਮ ਜਪਦਾ ਹੈ ਮੇਰਾ ਨਾਨਕ ਚੀਨੈ ਆਪ ਕਹੋ। ਹਜ਼ੂਰ ਕਹਿੰਦੇ ਸੋ ਅਪਰ ਅਪਾਰਾ। ਕਹਿੰਦੇ ਇਹ ਜਿਹੜਾ ਅਸਲ ਸਰੂਪ ਹੈ ਨਾ ਬੰਦੇ ਦਾ, ਹਜ਼ੂਰ ਕਹਿੰਦੇ ਇਹ ਪਰਮਾਤਮਾ ਵਾਲਾ ਹੈ, ਧਿਆਨ ਦਿਓ। ਗੁਰੂ ਸਾਹਿਬ ਕਹਿੰਦੇ ਮੈਂ ਕਦੇ ਵੀ ਆਪਣੇ ਬੰਦੇ ਦੇ ਵਿੱਚ ਫਰਕ ਨਹੀਂ ਕੀਤਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਿਸੇ ਨੇ ਪੁੱਛਿਆ ਸੀ ਨਾ ਗੁਰਮੁਖ, ਕਹਿੰਦੇ ਜੇ ਤੁਹਾਡਾ ਸਰੂਪ ਦੇਖਣਾ ਹੋਵੇ ਪਾਤਸ਼ਾਹ ਨੰਦਾ ਦੀ ਪੁਰੀ ਦੇ ਮਹਾਰਾਜ ਬੈਠੇ ਦੀਵਾਨ ਸਜਿਆ, ਕਲਗੀਧਰ ਪਾਤਸ਼ਾਹ ਨੂੰ ਪੁੱਛਦੇ ਆ, ਕਹਿੰਦੇ ਜੇ ਤੁਹਾਡਾ ਸਰੂਪ ਦੇਖਣਾ ਹੋਵੇ, ਕਹਿੰਦੇ ਮੇਰੇ ਖਾਲਸੇ ਦੇ ਵਿੱਚ ਦੇਖਿਓ। ਮਾਤਾ ਜੀ ਨੇ ਪੁੱਛਿਆ ਸੀ, ਕਹਿੰਦੇ ਚਾਰੇ ਦੇ ਚਾਰੇ ਲਾਲ ਕਿੱਧਰ ਹੈ, ਕਿੱਧਰ ਭੇਜ ਦਿੱਤੇ, ਕਿੱਧਰ ਗਏ ਨੇ? ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਹੈ, ਕਹਿੰਦੇ ਤੁਸੀਂ ਚਾਰਿਆਂ ਦੀ ਗੱਲ ਕਰਦੇ ਹੋ, ਕਹਿੰਦੇ ਜਿੰਨੇ ਬੈਠੇ ਨਾ ਇਹ ਸਾਰੇ ਦੇ ਸਾਰੇ ਤੇਰੇ ਲਾਲ ਨੇ। ਕਹਿੰਦੇ ਤੂੰ ਚਾਰ ਦੀ ਗੱਲ ਕਰਦੀ ਹੈ, ਮੈਂ ਲੱਖਾਂ ਹੀ ਆਪਣੇ ਪੁੱਤ ਬਣਾ ਕੇ ਨਿਵਾਜੇ ਹੈ, ਮਹਾਰਾਜ ਨੇ ਤੁਹਾਨੂੰ ਨਾਤੀ ਪੁੱਤਰ ਬਣਾਇਆ। ਚਾਰ ਮਹਾਰਾਜ ਦੇ ਬਿੰਦੀ ਪੁੱਤਰ ਨੇ, ਪਾਤਸ਼ਾਹ ਜੀ ਦੇ ਖੂਨ ਦੇ ਵਾਰਿਸ ਨੇ। ਹਜ਼ੂਰ ਕਹਿੰਦੇ ਹੈ, ਕਹਿੰਦੇ ਭਾਈ ਇੱਕ ਪੁੱਤਰ ਤੁਸੀਂ ਵੀ ਹੋ ਮੇਰੇ। ਕਲਗੀਧਰ ਨੇ ਕੋਈ ਵੀ ਰੰਚਕ ਮਾਤਰ ਫਰਕ ਨਹੀਂ ਸਮਝਿਆ, ਗੁਰਮੁਖ ਸਾਰੇ ਦੇ ਸਾਰੇ ਮਹਾਰਾਜ ਨੇ ਨਿਵਾਜੇ ਹੋਏ ਹੈ। ਸੋ ਸਾਨੂੰ ਸਮਝਣਾ ਪਵੇਗਾ, ਬਾਣੀ ਲੈਣ ਵਾਸਤੇ, ਨਾਮ ਜਪਣ ਵਾਸਤੇ, ਇਹ ਸਰੀਰ ਨੂੰ ਭਾਂਡੇ ਨੂੰ ਸਵਾਰਨ ਵਾਸਤੇ, ਸ਼ਿੰਗਾਰਨ ਵਾਸਤੇ ਮਹਾਰਾਜ ਦੀ ਬੁੱਕਲ ਵਿੱਚ ਬੈਠੇ ਹੋ, ਰੋਜ਼ ਨਿਤਨੇਮ ਦੇ ਵਿੱਚ ਬਾਣੀ ਪੜਿਆ ਕਰੋ, ਨਾਮ ਜਪਿਆ ਕਰੋ। ਇਸ ਸ਼ਬਦ ਦੇ ਅੰਦਰ ਮਹਾਰਾਜ ਨੇ ਬਹੁਤ ਕੁਝ ਕਹਿਣ ਦਾ ਯਤਨ ਕੀਤਾ ਹੈ। ਹਜ਼ੂਰ ਕਹਿੰਦੇ ਜ਼ਿੰਦਗੀ ਦਾ ਇੱਕ ਇੱਕ ਲਮਹਾ ਸਵਰ ਜਾਂਦਾ ਹੈ ਜੀ, ਜਦੋਂ ਰੋਜ਼ ਨੇਮ ਦੇ ਨਾਲ ਬਾਣੀ ਪੜੀਏ। ਨੇਮੀ ਵੀ ਬਣੀਏ, ਪਰ ਨੇਮੀ ਬਣ ਕੇ ਇੱਕ ਖਿਆਲ ਜ਼ਰੂਰ ਕਰਨਾ, ਪ੍ਰੇਮੀ ਬਣਨਾ ਵੀ ਬੜਾ ਜ਼ਰੂਰੀ ਹੈ। ਤੁਸੀਂ ਧਿਆਨ ਦਿਓ, ਬੜੇ ਕਮਾਲ ਦੀ ਗੱਲ ਕਿਸੇ ਨੇ ਲਿਖੀ, ਕਹਿੰਦੇ ਭਾਈ ਜਿੱਥੇ ਪ੍ਰੇਮ ਹੋਵੇ ਨਾ ਪਾਪ ਨਾ ਹੋਵੇ, ਕਹਿੰਦੇ ਸ਼ਬਦ ਵੀ ਮੁੱਕ ਜਾਂਦਾ ਹੈ। ਬੈਰਾਗ ਦੇ ਵਿੱਚ ਬਾਣੀ ਪੜਿਆ ਕਰੋ, ਤੁਸੀਂ ਪੰਜਾਬ ਦੇ ਰਾਖੇ ਹੋ, ਪੰਜਾਬ ਦੇ ਵਾਸੀ ਹੋ, ਮਹਾਰਾਜ ਨੇ ਇਸ ਧਰਤੀ ਨੂੰ ਭਾਗ ਲਾਏ। ਤੁਸੀਂ ਖਿਆਲ ਕਰਿਓ, ਅਸੀਂ ਬਾਹਰ ਰਹਿਣ ਵਾਸਤੇ ਮੁਲਕ ਚੁਣਦੇ ਹਾਂ ਨਾ ਆਪਣਾ, ਵੀ ਮੈਂ ਉੱਥੇ ਜਾਣਾ, ਕਨੇਡਾ, ਅਮਰੀਕਾ, ਆਸਟ੍ਰੇਲੀਆ, ਇੰਗਲੈਂਡ ਜਾਣਾ। ਮੇਰੇ ਬਾਬੇ ਨਾਨਕ ਨੇ ਦੁਨੀਆਂ ਛੱਡ ਕੇ ਨਾ ਤੁਹਾਡੇ ਪੰਜਾਬ ਦੀ ਧਰਤੀ ਦੇ ਉੱਤੇ ਪੈਰ ਪਾਇਆ। ਕਿੰਨੇ ਮੁਲਕ ਨੇ ਪਿਆਰੇ, 200 ਤੋਂ ਵੱਧ ਸਟੇਟਾਂ ਨੇ, ਸ਼ਹਿਰ ਨੇ ਹਿੰਦੁਸਤਾਨ ਦੀ ਧਰਤੀ ਦੇ ਅੰਦਰ, ਪਰ ਗੁਰੂ ਨਾਨਕ ਸਾਹਿਬ ਨੇ ਤੁਹਾਡੇ ਪੰਜਾਬ ਦੀ ਧਰਤੀ ਨੂੰ ਭਾਗ ਲਾਏ, ਮਹਾਰਾਜ ਨੇ ਉੱਥੇ ਅਵਤਾਰ ਧਾਰਿਆ। ਗੁਰੂ ਸਾਹਿਬ ਕਹਿੰਦੇ ਹੈ ਇਸ ਧਰਤੀ ਦਾ ਮੁੱਲ ਬੜਾ ਵੱਡਾ ਹੈ ਗੁਰਮੁਖੋ, ਸੇ ਚੰਤ ਪਏ ਹਰਿਆਵਲੇ, ਜਿੰਨੀ ਮੇਰਾ ਸਤਿਗੁਰ ਦੇਖਿਆ ਜਾਏ।
ਤੁਸੀਂ ਬੈਠੇ ਹੋ ਮਾਲਕ ਦੀ ਗੋਦ ਵਿੱਚ, ਸਾਰੇ ਹਰੇ ਭਰੇ ਨਹੀਂ ਹੋ ਗਏ? ਦੇਖੋ ਮਾਲਕ ਨੇ ਕਿੱਡੀ ਵੱਡੀ ਦਾਤ ਦਿੱਤੀ ਹੈ। ਪਾਤਸ਼ਾਹ ਜੀ ਬਖਸ਼ ਦਿੰਦੇ ਹੈ ਗੁਰਮੁਖੋ। ਜਦੋਂ ਅਸੀਂ ਬਾਣੀ ਪ੍ਰੇਮ ਸਤਿਕਾਰ ਦੇ ਨਾਲ ਪੜ੍ਹਦੇ ਹਾਂ, ਜ਼ਰੂਰ ਯਤਨ ਕਰਿਆ ਕਰੋ। ਜਿਸ ਦਿਨ ਗੁਰੂ ਨਾਨਕ ਨੂੰ ਬਾਂਹ ਫੜਾ ਦਿੱਤੀ ਨਾ, ਕਲਗੀ ਧਰਦਾ ਹੋ ਗਿਆ, ਰੋਮ ਰੋਮ ਤੇਰਾ ਬਾਣੀ ਨੂੰ ਗਾਵੇਗਾ, ਨਾਮ ਜਪੇਗਾ। ਇਸ ਸੰਸਾਰ ਦੇ ਵਿੱਚ ਜਹਾਨ ਦੇ ਅੰਦਰ ਤੇਰੀ ਡੋਲਤਾ ਖਤਮ ਕਰਨ ਵਾਲਾ ਕੋਈ ਨਹੀਂ ਹੋਵੇਗਾ। ਮਹਾਰਾਜ ਕਹਿੰਦੇ ਹਰ ਥਾਂ ਰੱਖਿਆ ਕਰਦਾ ਹੈ ਪਰਮਾਤਮਾ, ਹਰ ਥਾਂ ਨਿਵਾਜਦਾ ਹੈ। ਬਸ ਤੁਰਨ ਦਾ ਯਤਨ ਕਰੀਏ। ਗੁਰੂ ਸਾਹਿਬ ਕਹਿੰਦੇ ਤੈਨੂੰ ਤੁਰਨਾ ਨਹੀਂ ਆਇਆ, ਜ਼ਰੂਰ ਯਤਨ ਕਰਿਓ ਭਾਈ। ਆਓ ਸਾਰੇ ਹੀ ਰਲ ਮਿਲ ਕੇ ਮਹਾਰਾਜ ਜੀ ਦੀ ਮਹਿਮਾ ਗਾਈਏ, ਉਸ ਤੋਂ ਬਾਅਦ ਅਨੰਦ ਸਾਹਿਬ ਜੀ ਦਾ ਪਾਠ। ਗੁਰੂ ਵਾਲੇ ਬਣੀਏ, ਖੰਡੇ ਦੀ ਪਾਹੁਲ ਲਈਏ, ਪਰ ਇੱਕ ਗੱਲ ਦਾ ਜ਼ਰੂਰ ਖਿਆਲ ਰੱਖਣਾ, ਖੰਡੇ ਦੀ ਪਾਹੁਲ ਲੈਣ ਤੋਂ ਪਹਿਲਾਂ ਕਲਗੀਧਰ ਦਾ ਇਤਿਹਾਸ ਜ਼ਰੂਰ ਪੜ੍ਹ ਲਿਓ। ਛੋਟੀ ਜੀ ਮੇਰੀ ਉਮਰ ਹੈ, ਅਵਸਥਾ ਮੇਰੀ ਛੋਟੀ ਜੀ, ਮੈਂ ਕਦੇ ਨਹੀਂ ਕਹਿੰਦਾ ਵੀ ਤੁਸੀਂ ਅੰਮ੍ਰਿਤ ਛਕ ਲਿਓ। ਮਹਾਰਾਜ ਕਲਗੀਧਰ ਪਾਤਸ਼ਾਹ ਆਪ ਕਹਿੰਦੇ ਆ, ਕਹਿੰਦੇ ਸ੍ਰੀ ਸਾਹਿਬ ਪਾਉਣ ਲੱਗਿਆ ਨਾ, ਨੰਦਾ ਦੀ ਪੁਰੀ ਵੱਲ ਖਿਆਲ ਕਰ ਲਈ, ਕਿਤੇ ਚਮਕੌਰ ਦੀ ਗੜੀ ਵੱਲ ਖਿਆਲ ਕਰਨਾ। ਕਹਿੰਦੇ ਜੋ ਦੁਨੀਆਂ ਦੇ ਵਿੱਚ ਨਹੀਂ ਨਾ ਵਾਪਰਦਾ, ਉਹ ਗੜੀ ਚਮਕੌਰ ਵਿੱਚ ਵਾਪਰ ਜਾਂਦਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ, ਕਹਿੰਦੇ ਖਿਆਲ ਰੱਖੀ, ਤੇ ਜੇ ਤੁਸੀਂ ਸਿਧਾਂਤ ਪੜ੍ਹਿਆ ਹੋਵੇਗਾ ਨਾ, ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਇਨ ਗਰੀਬ ਸਿੱਖਣ ਕੋ ਦੇਊ ਪਾਤਸ਼ਾਹੀ, ਜੇ ਯਾਦ ਰੱਖੇ ਹਮਰੀ ਗੁਰਿਆਈ। ਤੁਸੀਂ ਧਿਆਨ ਦੇ, ਜਿਹੜਾ ਕਾਲੀ ਕਾਲੀ ਵਿੱਚ ਅੰਮ੍ਰਿਤ ਛਕਦਾ ਹੈ ਨਾ, ਮੈਂ ਬੜੇ ਲੋਕ ਦੇਖੇ ਹੈ ਪਾਤਸ਼ਾਹ ਜੀ, ਬੜੇ ਲੋਕ ਜਿਹੜੇ ਪਾ ਲੈਂਦੇ ਹੈ, ਖੰਡੇ ਦੀ ਪਾਹੁਲ ਛਕਦੇ ਹੈ, ਪਰ ਤੁਸੀਂ ਧਿਆਨ ਦਿਓ, ਸਾਲ ਦੋ ਸਾਲ ਬਾਅਦ ਪਿਆਰੋ ਨਾ ਦਸਤਾਰ ਦਾ ਪਤਾ ਹੈ ਤੇ ਨਾ ਸ੍ਰੀ ਸਾਹਿਬ ਦਾ ਪਤਾ ਹੁੰਦਾ ਹੈ। ਤੇ ਤੁਹਾਡੀ ਗੁਰਮਤ ਦਾ ਸਿਧਾਂਤ ਹੈ, ਖੰਡੇ ਦੀ ਪਾਹੁਲ ਲੈਣ ਤੋਂ ਪਹਿਲਾਂ ਗੁਰਮਤ ਦਾ ਸਿਧਾਂਤ ਪੜ੍ਹਨਾ ਜ਼ਰੂਰੀ ਹੈ, ਨੰਦਾ ਦੀ ਪੁਰੀ ਵੱਲ ਖਿਆਲ ਕਰਨਾ ਜ਼ਰੂਰੀ ਹੈ। ਜ਼ਰੂਰ ਦੇਖਿਓ ਭਾਈ, ਸੀਸ ਦੇਣੇ ਪੈਂਦੇ ਆ ਕੌਮ ਦੇ ਖਾਤਰ, ਤਾਂ ਖਾਲਸੇ ਬਣੀਦਾ ਹੈ, ਤਾਂ ਸਰੂਪ ਪੈਦਾ ਹੋਵੇਗਾ ਮਹਾਰਾਜ ਜੀ ਤੁਹਾਡੇ ਸਰੀਰ ਦੇ ਵਿੱਚੋਂ। ਇਹ ਜ਼ਰੂਰ ਪ੍ਰਣ ਕਰਿਓ, ਜ਼ਰੂਰ ਸਿਧਾਂਤ ਪੜ੍ਹਨਾ ਮਹਾਰਾਜ ਜੀ ਦਾ। ਜੇ ਤੁਸੀਂ ਖੰਡੇ ਦੀ ਬਾਉਲ ਲੈ ਕੇ ਵੀ ਪਾਤਸ਼ਾਹ ਜੀ ਕਹਿੰਦੇ ਸਾਗਤਾਂ ਦੇ ਗੀਤ ਸੁਣਦਾ ਹੈ ਤੇ ਮਹਾਰਾਜ ਕਹਿੰਦੇ ਤੇਰੇ ਤੇ ਉਹਨਾਂ ਦੇ ਵਿੱਚ ਕੋਈ ਫਰਕ ਨਹੀਂ ਰਹਿ ਗਿਆ, ਤੂੰ ਖਾਲਸਾ ਬਣ, ਪਿਆਰ ਆਵੇ ਤੈਨੂੰ, ਪ੍ਰੀਤ ਜੁੜੇ ਤੇਰੀ ਮਹਾਰਾਜ ਦੇ ਨਾਲ। ਆਓ ਸਾਰੇ ਹੀ ਰਲ ਮਿਲ ਕੇ, ਉਹ ਬਾਲ ਨਹੀਂ ਵਿੰਗਾ ਹੋਣ ਦਿੰਦਾ ਪਾਤਸ਼ਾਹ, ਜਿਹਦਾ ਤੂੰ ਬਣ ਗਿਆ ਉਹ ਡੋਲਣ ਨਹੀਂ ਦਿੰਦਾ, ਅਡੋਲਤਾ ਖਤਮ ਕਰ ਦਿੰਦਾ ਹੈ। ਰੋਮ ਰੋਮ ਦੇ ਨਾਲ ਗਾਈਏ, ਜਿਸ ਦਾ ਸਾਹਿਬ ਡਾਂਡਾ ਹੋਏ ਤਿਸ ਨੂੰ ਮਾਰ ਨਾ ਸਕੈ ਕੋਈ, ਮਾਰ ਨਾ ਸਕੈ ਕੋਈ। ਪੜੋ ਸਾਰੇ, ਸਾਹਿਬ ਡਾਂਡਾ ਹੋਏ ਤਿਸ ਨੂੰ ਮਾਰ ਨਾ, ਮਾਰ ਨ ਸਕੈ ਕੋਈ, ਜਿਸ ਦਾ ਸਾਹਿਬ ਡਾਡਾ ਤਿਸ ਨੂੰ ਮਾਰ ਨ ਸਕੈ,
ਮਾਰ ਨਾ ਸਕੈ ਕੋਈ ਜਿਸ ਦਾ ਸਾਹਿਬ ਮਾਰ ਨਾ ਸਕੈ ਕੋਈ ਮਾਰ ਨਾ ਸਕੈ ਕੋਈ ਉਹ ਤੁਹਾਡੀ ਲੋਕ ਦੇ ਵਿੱਚ ਵੀ ਅਤੇ ਪਰਲੋਕ ਦੇ ਵਿੱਚ ਵੀ ਸਹਾਇਤਾ ਕਰਦਾ ਹੈ। ਆਓ ਸਾਰੀਆਂ ਸੰਗਤਾਂ ਦਾ ਧੰਨਵਾਦ ਹੈ, ਸ਼ੁਕਰਾਨਾ ਹੈ ਬਾਪੂ ਕਲਗੀਧਰ ਪਿਤਾ ਦਾ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜਿਨ੍ਹਾਂ ਦੀ ਗੋਦ ਵਿੱਚ ਬੈਠ ਕੇ ਅਸੀਂ ਬਾਣੀ ਦੇ ਸ਼ਬਦਾਂ ਦਾ ਆਨੰਦ ਮਾਣਿਆ ਹੈ। ਅਰਦਾਸ ਕਰਕੇ ਜਾਇਓ, ਅੰਮ੍ਰਿਤ ਵੇਲਾ ਬਖਸ਼ੀ ਪਾਤਸ਼ਾਹ, ਬਾਣੀ ਪੜ੍ਹਨ ਦੀ ਜਾਚ ਬਖਸ਼ੀ ਅਤੇ ਬਾਣੀ ਦੀ ਦਾਤ ਬਖਸ਼ੀ। ਜ਼ਰੂਰ ਅਰਦਾਸ ਕਰਕੇ ਜਾਇਓ, ਜਦੋਂ ਵੀ ਪਟਨੇ ਦੀ ਧਰਤੀ ਤੋਂ ਵਾਪਸ ਜਾਣਾ ਇੱਕੋ ਅਰਦਾਸ ਬੇਨਤੀ ਇਹੀ ਕਰਨੀ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ। ਲੋਕਲ ਯਾਤਰਾ ਕਰਨੀ ਜੇ ਬਹੁਤਾ ਸਮਾਂ ਨਹੀਂ ਤਾਂ ਜ਼ਰੂਰ ਮੂਲ ਮੰਤਰ ਦਾ ਜਾਪ ਕਰਕੇ ਵਾਹਿਗੁਰੂ ਦਾ ਜਾਪ ਕਰਕੇ ਆਪਣੀ ਹਾਜ਼ਰੀ ਲਗਵਾਇਓ। ਅਨੇਕਾਂ ਹੀ ਅਸਥਾਨ ਮਹਾਰਾਜ ਜੀ ਦੇ ਚਰਨਾਂ ਦੇ ਨਾਲ ਵਿਰਾਜੇ ਹੋਏ ਹੈ। ਮਹਾਰਾਜ ਨੇ ਪਟਨੇ ਦੀ ਧਰਤੀ ਦਾ ਇੱਕ ਇੱਕ ਕੰਕੜ ਆਪਣੇ ਪੈਰਾਂ ਦੇ ਨਾਲ ਨਿਵਾਜਿਆ ਹੈ। ਤਿੰਨ ਗੁਰੂਆਂ ਨੇ ਪਟਨੇ ਦੀ ਪਾਕ ਧਰਤੀ ਦੇ ਉੱਤੇ ਆਪਣੇ ਚਰਨ ਪਾਏ। ਪਹਿਲੀ ਪਾਤਸ਼ਾਹੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ, ਜਿਨ੍ਹਾਂ ਦਾ ਅਸਥਾਨ ਗੁਰਦੁਆਰਾ ਸੁਨਾਰ ਟੋਲੀ ਹੈ। ਦੂਸਰੇ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਜੀ, ਜਿਨ੍ਹਾਂ ਦਾ ਪਾਵਨ ਅਸਥਾਨ ਗੁਰਦੁਆਰਾ ਗੁਰੂ ਕਾ ਬਾਗ ਹੈ, ਜਿੱਥੇ ਪਹਿਲੀ ਵਾਰ ਧੰਨ ਕਲਗੀਧਰ ਪਾਤਸ਼ਾਹ ਨੇ ਮਹਾਰਾਜ ਦੇ ਨਾਲ ਆਪਣਾ ਮਿਲਾਪ ਕੀਤਾ ਸੀ, ਉਹ ਬਾਗ ਦੇ ਵਿੱਚ ਕੀਤਾ ਸੀ। ਜ਼ਰੂਰ ਜਦੋਂ ਵੀ ਹਾਜ਼ਰੀ ਲਗਵਾਉਣੀ ਅਤੇ ਧਿਆਨ ਵਿੱਚ ਲਿਆਇਆ ਕਰੋ ਵੀ ਮੇਰੇ ਮਾਲਕ ਨੇ ਇੱਥੇ ਕੁਤਬ ਕਿਵੇਂ ਵਰਤਾਏ। ਅਤੇ ਤੀਸਰੇ ਬਾਪੂ ਕਲਗੀਧਰ ਪਿਤਾ, ਜਿਨ੍ਹਾਂ ਦਾ ਜਨਮ ਅਸਥਾਨ ਤਖ਼ਤ ਸ੍ਰੀ ਹਰਿਮੰਦਰ ਜੀ ਗੁਰਦੁਆਰਾ ਬਾਲ ਲੀਲਾ ਸਾਹਿਬ ਵਿਖੇ ਮਹਾਰਾਜ ਨੇ ਅਨੇਕਾਂ ਹੀ ਖੇਡਾਂ ਖੇਡੀਆਂ ਨੇ, ਚੋਜ ਵਰਤਾਏ ਮਹਾਰਾਜ ਨੇ। ਅਤੇ ਜ਼ਰੂਰ ਧਿਆਨ ਦੇ ਨਾਲ ਮੂਲ ਮੰਤਰ ਦਾ ਜਾਪ ਕਰਿਆ ਕਰੋ, ਬਾਣੀ ਪੜ੍ਹਿਆ ਕਰੋ। ਇਹਨਾਂ ਅਸਥਾਨਾਂ ਦੀ ਸੇਵਾ ਸ੍ਰੀਮਾਨ ਸੰਤ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲੇ ਅੰਮ੍ਰਿਤਸਰ ਵੱਲੋਂ ਕਰਵਾਈ ਜਾ ਰਹੀ ਹੈ। ਸੰਗਤਾਂ ਨੂੰ ਦੇਖਦੇ ਹੋਏ 250 ਏਸੀ ਕਮਰਾ ਮਹਾਂਪੁਰਖਾਂ ਵੱਲੋਂ ਹੋਰ ਤਿਆਰ ਕੀਤਾ ਜਾ ਰਿਹਾ। ਤਖ਼ਤ ਸ੍ਰੀ ਹਰਿਮੰਦਰ ਜੀ ਵੀ 100 ਕਮਰਿਆਂ ਦੀ ਸੇਵਾ ਕਮੇਟੀ ਨੂੰ ਬਣਾ ਕੇ ਦੇਣੇ ਹੈ। ਉਹ 2 ਮੰਜ਼ਿਲ ਦਾ ਲੈਂਟਰ ਜਿਹੜਾ ਉਹ ਪੈ ਚੁੱਕਾ ਹੈ। ਆ ਤੁਹਾਡੇ ਸਾਹਮਣੇ ਕੱਲ 5ਵੀਂ ਮੰਜ਼ਿਲ ਦਾ ਲੈਂਟਰ ਪਿਆ। ਇਹ ਸਾਰੀ ਬਿਲਡਿੰਗ ਤਕਰੀਬਨ ਕੰਪਲੀਟ ਹੋ ਚੁੱਕੀ, ਜਿਹੜਾ ਬਾਹਰ ਦਾ ਕੰਮ ਹੈ ਉਹ ਰਹਿ ਗਿਆ ਹੈ। ਸਾਹਮਣੇ ਬੇਸਮੈਂਟ ਵੀ ਤਿਆਰ ਹੋ ਚੁੱਕੀ ਹੈ। 50 ਕਮਰੇ ਇੱਥੇ ਬਣਾਏ ਜਾਣਗੇ ਅਤੇ 200 ਏਸੀ ਕਮਰਾ 7 ਮੰਜ਼ਿਲ ਬਿਲਡਿੰਗ ਜਿੱਥੇ ਲੰਗਰ ਹਾਲ ਹੈ ਉੱਥੇ ਬਣਾਈ ਜਾਵੇਗੀ। ਆ ਸਾਰਾ ਕੰਮ ਕਰਕੇ ਲੰਗਰ ਹਾਲ ਤੋੜਿਆ ਜਾਵੇਗਾ। ਹੋਰ ਵੀ ਅਨੇਕ ਸੇਵਾਵਾਂ ਗੁਰਦੁਆਰਾ ਸਾਹਿਬ ਵਿਖੇ ਮਹਾਂਪੁਰਖਾਂ ਵੱਲੋਂ ਚਲਾਈਆਂ ਗਈਆਂ ਨੇ। 24 ਘੰਟੇ ਲੰਗਰ ਪ੍ਰਸ਼ਾਦਾ, ਰੋਜ਼ ਧਿਆਨ ਦਿਆ ਕਰੋ ਗੁਰਮੁਖੋ ਵੀ ਜਿਹੜੀ ਸਬਜ਼ੀ ਬਣਦੀ ਹੈ ਸਵੇਰ ਤੇ ਉਹ ਸ਼ਾਮ ਨੂੰ ਨਹੀਂ ਚੱਲਦੀ, ਦੁਪਹਿਰ ਨੂੰ ਨਹੀਂ ਚੱਲਦੀ, ਨਿੱਤ ਨਵਾਂ ਪ੍ਰਸ਼ਾਦਾ ਬਣਦਾ ਹੈ। ਤੁਹਾਡੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਆਉਣ ਜਾਣ ਵਾਸਤੇ ਗੱਡੀਆਂ ਦਾ ਪ੍ਰਬੰਧ, ਮੈਡੀਕਲ ਦੀ ਸੁਵਿਧਾ, ਮਹਾਂਪੁਰਖਾਂ ਸੇਵਾ ਦਾ ਕੁੰਭ ਲਾਇਆ ਜੀ ਪਾਤਸ਼ਾਹ ਨੇ, ਕਲਗੀਧਰ ਪਿਤਾ ਨੇ ਡਿਊਟੀ ਲਾਈ ਮਹਾਂਪੁਰਖਾਂ ਦੀ। ਸੋ ਸਾਡਾ ਵੀ ਇਹ ਫਰਜ਼ ਬਣਦਾ ਸੀ ਵੀ ਮਹਾਰਾਜ ਦੇ ਜਾਏ ਹਾਂ ਬੱਚੇ ਹਾਂ, ਜ਼ਰੂਰ ਕਿਰਪਾ ਕਰਿਓ ਆਪਣੀ ਨੇਕ ਕਮਾਈ ਦੇ ਵਿੱਚੋਂ ਤਿਲ ਫੁੱਲ ਦੇ ਕੇ ਅਰਦਾਸ ਜ਼ਰੂਰ ਕਰਵਾ ਕੇ ਜਾਣੀ।
ਦਸਵੰਦ ਗੁਰੂ ਦਾ ਜ਼ਰੂਰ ਕੱਢਿਆ ਕਰੋ, ਸਾਡੇ ਵੱਡੇ ਵਡੇਰਿਆਂ ਨੇ ਦਿੱਤਾ ਹੈ, ਅਸੀਂ ਤਾਂ ਇੱਥੇ ਬੈਠੇ ਹਾਂ। ਜੇ ਅਸੀਂ ਦੇਵਾਂਗੇ ਤਾਂ ਆਉਣ ਵਾਲੀ ਜਿਹੜੀ ਪੀੜ੍ਹੀ ਹੈ ਪਿਆਰੇ, ਉਹ ਫਲਦੀ ਫੁਲਦੀ ਰਹੇਗੀ। ਜਿਹੜੇ 2010 ਤੋਂ ਪਹਿਲਾਂ ਆਏ ਨੇ ਬਜ਼ੁਰਗ ਬੈਠੇ ਹੈ, ਕਈ ਆਏ ਹੋਣਗੇ, ਕੁਛ ਨਹੀਂ ਸੀ ਪਿਆਰੇ ਇੱਥੇ। ਆ ਜਿਹੜਾ ਦਰਬਾਰ ਹੈ ਇਹ ਦਿੱਲੀ ਵਾਲਿਆਂ ਨੇ ਬਣਵਾਇਆ, ਮਹਾਂਪੁਰਖਾਂ ਨੇ, ਕਾਰ ਸੇਵਕ ਦਿੱਲੀ ਵਾਲਿਆਂ ਨੇ। ਅਤੇ ਉਸ ਤੋਂ ਬਾਅਦ 2010 ਤੋਂ ਬਾਅਦ ਮਹਾਂਪੁਰਖ ਕਾਰ ਸੇਵਾ ਭੂਰੀ ਵਾਲੇ ਇਸ ਅਸਥਾਨ ਦੇ ਉੱਤੇ ਪਹੁੰਚੇ ਅਤੇ ਮਹਾਂਪੁਰਖਾਂ ਨੇ ਪਿਆਰੇ ਭਾਗ ਲਾ ਦਿੱਤੇ, ਮਹਾਰਾਜ ਨੇ ਵਡਿਆਈ ਦਿੱਤੀ। ਸੋ ਜ਼ਰੂਰ ਪ੍ਰਣ ਕਰਿਆ ਕਰੋ, ਅਕਾਊਂਟ ਨੰਬਰ ਲੈ ਕੇ ਜਾਓ, ਗੋਲਕ ਬਣਾ ਕੇ ਰੱਖੀਆਂ ਹੋਈਆਂ ਨੇ, ਗੋਲਕ ਵੀ ਲੈ ਕੇ ਜਾਓ। ਤੁਸੀਂ ਆਪਣਾ ਐਡਰੈਸ ਨੋਟ ਕਰਵਾਓ। ਸੇਵਾਦਾਰ ਜਥੇਦਾਰ ਵੱਖ ਵੱਖ ਸਟੇਟਾਂ ਦੇ ਵਿੱਚ ਗੱਡੀ ਲੈ ਕੇ ਪਹੁੰਚਦੇ ਹੈ ਗੁਰਮੁਖੋ, ਜ਼ਰੂਰੀ ਨਹੀਂ ਜੇ ਬਹੁਤਾ ਨਹੀਂ ਤੇ ਥੋੜ੍ਹਾ ਨਹੀਂ, ਜੋ ਵੀ ਤਿਲ ਫੁਲ ਤੁਹਾਡੀ ਇੱਛਾ ਹੈ, ਤੁਹਾਡੀ ਭਾਵਨਾ ਸਰਦਾਰ ਦੇ ਨਾਲ ਤੁਸੀਂ ਪਾਉਂਦੇ ਹੋ ਅਤੇ ਉਹ ਲੈ ਕੇ ਆਉਂਦੇ, ਕਿਸੇ ਦੇ ਉੱਤੇ ਜ਼ੋਰ ਨਹੀਂ ਹੁੰਦਾ। ਪ੍ਰਣ ਕਰੋ, ਜੋ ਵੀ ਸਰਦਾ ਹੈ ਤੁਹਾਡੀ ਪਟਨਾ ਸਾਹਿਬ ਵਿਖੇ ਜ਼ਰੂਰ ਭੇਜੋ ਗੁਰਮੁਖੋ। ਬੇਅੰਤ ਸੇਵਾਵਾਂ ਨੇ ਹੋਰ ਵੱਖ ਵੱਖ ਸਟੇਟਾਂ ਦੇ ਵਿੱਚ ਮਹਾਂਪੁਰਖਾਂ ਵੱਲੋਂ ਸੇਵਾਵਾਂ ਕੀਤੀਆਂ ਜਾ ਰਹੀਆਂ ਨੇ। ਅਰਦਾਸ ਕਰਿਓ, ਇਹ ਜਿਹੜਾ ਢਾਂਚਾ ਹੈ, ਪਰਿਵਾਰ ਹੈ ਕਾਰ ਸੇਵਾ ਭੂਰੀ ਵਾਲਿਆਂ ਦਾ, ਇਹ ਸਦਾ ਹੀ ਚੜ੍ਹਦੀ ਕਲਾ ਦੇ ਵਿੱਚ ਰਹੇ, ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਰਹੀਏ। ਇੱਥੋਂ ਦੇ ਮੌਜੂਦਾ ਜਥੇਦਾਰ ਸ੍ਰੀਮਾਨ ਸੰਤ ਬਾਬਾ ਗੁਰਵਿੰਦਰ ਸਿੰਘ ਜੀ ਸੇਵਾ ਨਿਭਾ ਰਹੇ ਹੈ। ਸੋ ਜ਼ਰੂਰ ਆਪਣੀ ਗੱਲਬਾਤ ਸਾਂਝੀ ਕਰਿਆ ਕਰੋ, ਆਓ ਸਾਰੇ ਹੀ ਰਲ ਮਿਲ ਕੇ ਅਨੰਦ ਸਾਹਿਬ ਬਾਣੀ ਦਾ ਜਾਪ ਕਰੀਏ। ਉਪਰੰਤ ਅਰਦਾਸ ਬੇਨਤੀ ਹੋਈਆਂ ਭੁੱਲਾਂ ਚੁੱਕਾਂ ਦਿਖਿਮਾ, ਕਰੋ ਕਿਰਪਾ ਸਾਰੀ ਮਨਤੀ ਬਿਰਤੀ ਨੂੰ ਇਕਾਗਰ ਕਰਕੇ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।